ਬੰਧਨ ਅਨਕ ਬਾਰ ਸਰਬ ਕਲਾ ਸਮਰਥ ਡੋਲਣ ਤੇਰਾ ਕਉ ਪ੍ਰਭੂ ਨਾਨਕ ਦੇ ਘਰ ਹੱਥ ਗਿਆਨ ਅੰਜਨ ਗੁਰ ਦਿਆ ਗਿਆਨ ਅੰਧੇਰ ਵਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਯਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੁਰਿੰਦ ਕਉ ਮੇਰੀ ਹੈ ਪ੍ਰਣਾਮ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਬੈਠੀ ਹੋਈ ਸਾਧ ਸੰਗਤ ਜੀਓ, ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ, ਰਸਨਾ ਨੂੰ ਪਵਿੱਤਰ ਕਰਨ ਲਈ ਇੱਕ ਵਾਰੀ ਸਾਰੇ ਹੀ ਰਲ ਕੇ ਆਖੀਏ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਇਤਿਹਾਸ ਸਾਹਿਬ ਜੀ ਸ਼੍ਰਵਣ ਕਰ ਰਹੇ ਸੀ। ਇਤਿਹਾਸ ਇੱਥੋਂ ਤੱਕ ਪਹੁੰਚ ਚੁੱਕਿਆ ਹੈ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਾਂਗੜਪੁਰ ਤੋਂ ਚੱਲ ਪਏ ਨੇ। ਕੱਲ੍ਹ ਇੱਥੋਂ ਤੱਕ ਕਥਾ ਪਹੁੰਚੀ ਸੀ, ਅੱਜ ਇੱਥੋਂ ਅੱਗੇ ਮੈਂ ਪ੍ਰਾਰੰਭ ਕਰਦਾ। ਕਿਤਕ ਕੋਸ ਚੱਲ ਸ੍ਰੀ ਹਰਗੋਬਿੰਦ ਡੇਰਾ ਕਰ ਨਿਸਕੀਨ ਬੇਤੰਤ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਥੋੜੇ ਕੋਹਾਂ ਦੀ ਦੂਰੀ ਨੂੰ ਤੈਅ ਕਰਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਰਾਤ ਨੂੰ ਬਤੀਤ ਕਰਨ ਦੇ ਵਾਸਤੇ ਇੱਕ ਜਗ੍ਹਾ ਦੇ ਉੱਤੇ ਡੇਰਾ ਲਾਇਆ। ਖੇਲਤ ਯਾ ਖੇਰ ਚਲਤ ਚਿਤ ਪਾਵਤ ਸਨੇ ਸਨੇ ਮਗ ਸ੍ਰੀ ਭਗਵੰਤ। ਇਸੇ ਤਰੀਕੇ ਦੇ ਨਾਲ ਜਦੋਂ ਅਗਲਾ ਦਿਨ ਫੇਰ ਚੜਿਆ, ਫੇਰ ਸਤਿਗੁਰਾਂ ਨੇ ਅੱਗੇ ਚੱਲਣਾ ਸ਼ੁਰੂ ਕੀਤਾ ਹੈ। ਕਵੀ ਜੀ ਲਿਖਦੇ ਨੇ ਕਿ ਰਸਤੇ ਦੇ ਵਿੱਚ ਸਤਿਗੁਰੂ ਜੀ ਮਨ ਪਾਉਂਦਾ ਸ਼ਿਕਾਰ ਖੇਡਦੇ ਜਾਂਦੇ। ਮਿਲੈ ਆਏ ਨਰ ਹਰ ਪਈ ਉਪਾਇਨ ਬੰਦੇ ਚਰਨ ਕਮਲ ਸੁਖਵੰਤ। ਰਸਤੇ ਦੇ ਵਿੱਚ ਜਿੰਨੇ ਵੀ ਇਸਤਰੀਆਂ ਪੁਰਸ਼ ਨੇ ਉਹ ਸਤਿਗੁਰਾਂ ਨੂੰ ਭੇਟਾਵਾਂ ਲੈ ਕੇ ਆਣ ਕੇ ਅਰਪਣ ਕਰਕੇ ਮਿਲਦੇ ਨੇ, ਸਤਿਗੁਰਾਂ ਦੇ ਚਰਨ ਕਮਲਾਂ ਨੂੰ ਨਮਸਕਾਰ ਸਾਰੇ ਕਰਦੇ ਨੇ, ਜੋ ਸਤਿਗੁਰਾਂ ਦੇ ਚਰਨ ਕਮਲ ਸੁਖਾਂ ਦਾ ਮੂਲ ਨੇ। ਗਮਨੈਮ ਸੁਖੈਨ ਸਿਰ ਸਤਿਗੁਰ ਗੁਜਰਵਾਲ ਗ੍ਰਾਮ ਕੋ ਆਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸੇ ਤਰੀਕੇ ਦੇ ਨਾਲ ਬੜੇ ਸੌਖੇ ਤਰੀਕੇ ਦੇ ਨਾਲ ਚੱਲਦਿਆਂ ਚੱਲਦਿਆਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਗੁਜਰਵਾਲ ਪਿੰਡ ਦੇ ਲਾਗੇ ਪਹੁੰਚ ਗਏ। ਸ਼ੁਭ ਸਥਾਨ ਪਿਖ ਸੇਵਰ ਕਰਿਓ ਤਹਿ ਉੱਤਰੀ ਸੈਣਾ ਮਿਸਲ ਬਣਾਏ। ਚੰਗੀ ਜਗ੍ਹਾ ਦੇਖ ਕੇ ਸਤਿਗੁਰਾਂ ਨੇ ਆਪਣਾ ਉੱਥੇ ਡੇਰਾ ਲਾਇਆ ਹੈ। ਸਤਿਗੁਰਾਂ ਦੀ ਸਾਰੀ ਜਿਹੜੀ ਸੈਨਾ ਹੈ ਉਹ ਵੀ ਆਪੋ ਆਪਣੇ ਜਥਿਆਂ ਦੇ ਵਿੱਚ ਮਿਲ ਕੇ ਟਿਕ ਗਏ। ਸ੍ਰੀ ਹਰਗੋਬਿੰਦ ਫਰਸ਼ ਕਰਾਇਬ
ਬੈਠ ਗਏ ਜੋਤ ਨਰ ਸਮੁਦਾਏ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਤੇ ਬਾਕੀਆਂ ਦੇ ਬੈਠਣ ਦੇ ਵਾਸਤੇ ਵਿਛਾਈਆਂ ਕੀਤੀਆਂ ਗਈਆਂ ਨੇ, ਸਾਰੇ ਦੇ ਸਾਰੇ ਉਹਨਾਂ ਕੀਤੀਆਂ ਹੋਈਆਂ ਵਿਛਾਈਆਂ ਦੇ ਉੱਤੇ ਬਹਿ ਗਏ। ਨਿਕਟ ਨਿਕਟ ਕੇ ਗ੍ਰਾਮ ਸੁਣੀ ਸੁਧ ਲੈ ਉਪਾਇਨ ਕੋ ਦਰ ਸਾਏ। ਕਵੀ ਜੀ ਲਿਖਦੇ ਨੇ ਜਦੋਂ ਸਤਿਗੁਰਾਂ ਨੇ ਡੇਰਾ ਲਾਇਆ, ਲਾਗੇ ਲਾਗੇ ਜਿੰਨੇ ਵੀ ਪਿੰਡ ਸਨ ਉਹਨਾਂ ਸਾਰਿਆਂ ਪਿੰਡਾਂ ਦੇ ਵਿੱਚ ਸਤਿਗੁਰਾਂ ਦੇ ਆਉਣ ਦੀ ਖਬਰ ਫੈਲੀ ਤੇ ਸਾਰੇ ਦੇ ਸਾਰੇ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਭੇਟਾਵਾਂ ਨੂੰ ਨਾਲ ਲੈ ਕੇ ਪਹੁੰਚਣ ਲੱਗੇ। ਸ੍ਰੀ ਗੰਗਾ ਕਰ ਮੈਂ ਪੀ ਪ੍ਰਾਪਤ ਇਮ ਕਹਿ ਆਵਤ ਮੋਦ ਉਪਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੇ ਇੰਨਾ ਜ਼ਿਆਦਾ ਖੁਸ਼ੀ ਦੇ ਨਾਲ ਆ ਰਹੇ ਨੇ, ਇੱਕ ਦੂਜੇ ਨੂੰ ਕਹਿ ਰਹੇ ਨੇ ਕਿ ਮਨ ਨੂੰ ਸਾਡੇ ਤੇ ਘਰ ਦੇ ਵਿੱਚ ਜਿਵੇਂ ਗੰਗਾ ਪਾਵਣ ਆ ਗਈ ਹੋਵੇ। ਮਾਨੋ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਗੰਗਾ ਵਰਗੇ ਪਾਵਣ ਨੇ ਜਿਹੜੇ ਕਿ ਸਾਡੇ ਲਾਗੇ ਪਹੁੰਚ ਗਏ ਨੇ। ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਲੋਕੀ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਆਉਣ ਲੱਗੇ। ਕਿਤ ਕਹੋਤ ਸਿੱਖ ਨਵੇਂ ਦਰਸ ਕਰ ਕਿਤਕ ਪ੍ਰਥਮ ਕੇ ਪਹੁੰਚੈ ਤਾਏ। ਕਈ ਜਿਹੜੇ ਨਵੇਂ ਸਿੱਖ ਨੇ ਉਹ ਸਤਿਗੁਰਾਂ ਦਾ ਦਰਸ਼ਨ ਕਰਕੇ ਬਣਦੇ ਨੇ ਤੇ ਕਈ ਜਿਹੜੇ ਪੁਰਾਣੇ ਸਤਿਗੁਰਾਂ ਦੇ ਸਿੱਖ ਨੇ ਉਹ ਵੀ ਦੌੜ ਦੌੜ ਕੇ ਦਰਸ਼ਨਾਂ ਦੇ ਵਾਸਤੇ ਪਹੁੰਚ ਰਹੇ। ਰਹਿਤ ਪੀਰ ਨਿਤ ਸੰਗਤ ਕੀ ਬਹੁ ਦਰਸ ਬਿਨ ਕਰੈ ਬਰ ਪਾਏ। ਕਵੀ ਜੀ ਲਿਖਦੇ ਨੇ ਕਿ ਜਿੱਥੇ ਵੀ ਸਤਿਗੁਰੂ ਜੀ ਜਾਂਦੇ ਨੇ ਉੱਥੇ ਬਹੁਤਿਆਂ ਸਾਰਿਆਂ ਮਨੁੱਖਾਂ ਇਸਤਰੀਆਂ ਦੀ ਭੀੜ ਜੁੜੀ ਰਹਿੰਦੀ ਹੈ। ਕੋਈ ਦਰਸ਼ਨ ਕਰਦਾ ਹੈ ਤੇ ਕੋਈ ਬੇਨਤੀ ਕਰਦਾ ਹੈ ਤੇ ਕੋਈ ਦਰਸ਼ਨ ਕਰਕੇ ਵਾਪਸ ਪਰਤਦਾ ਹੈ। ਕਿਸੇ ਨੂੰ ਸਤਿਗੁਰੂ ਜੀ ਕਿਸੇ ਪ੍ਰਕਾਰ ਦਾ ਵਰਦਾਨ ਦਿੰਦੇ ਨੇ। ਆਨ ਦੁਗਦ ਦਦ ਦਰਬਦ ਕੂਲਨ ਤੁਰੰਗ ਸ਼ਸਤਰ ਹਿਤ ਚਹ ਅਰ ਪਾਏ। ਆਪਣੇ ਭਲੇ ਦੀ ਇੱਛਾ ਕਰਕੇ ਲੋਕ ਸਤਿਗੁਰਾਂ ਨੂੰ ਅੰਨ ਦੁੱਧ ਦਹੀਂ ਪੈਸੇ ਕੱਪੜੇ ਘੋੜੇ ਤੇ ਸ਼ਸਤਰ ਪ੍ਰਦਾਨ ਕਰਦੇ। ਤਹ ਕੋ ਰਾਹ ਕਵਦੇ ਉਹ ਤੋਂ ਬਹੁ ਸੁਣੀ ਤਾਂ ਸੁਧ ਗੁਰ ਭਗਵਾਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁੱਜਰਵਾਲ ਪਿੰਡ ਦੇ ਵਿੱਚ ਇੱਕ ਰਾਹਕ ਜ਼ਿਮੀਦਾਰ ਸਰਦਾਰ ਰਹਿੰਦਾ ਸੀ ਜਿਹੜਾ ਕਿ ਬਹੁਤ ਵਧਿਆ ਹੋਇਆ ਸੀ ਆਪਣੇ ਪਦਾਰਥ ਦੇ ਵਿੱਚ। ਡੇਰਾ ਕਰਿਓ ਆਣ ਕਰ ਬਾਹਰ ਹਰ ਖਿਰਦੈ ਉਪਜਾਏ ਮਹਾਨ। ਉਸ ਨੂੰ ਪਤਾ ਲੱਗਾ ਕਿ ਸਤਿਗੁਰਾਂ ਨੇ ਪਿੰਡ ਤੋਂ ਬਾਹਰ ਵਾਰ ਹੀ ਡੇਰਾ ਲਾਇਆ ਹੋਇਆ, ਖੁਸ਼ੀ ਨੂੰ ਤਾਰਨ ਕਰਕੇ ਉਹ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਤਿਆਰ ਹੋਇਆ। ਪਿਛਲੇ ਪਹਿਰ ਦਿਵਸ ਕੇ ਆਇਓ ਨਰਗਣ ਸੰਗ ਲਈਏ ਸਭ ਧਾਨ। ਪਿਛਲੇ ਪਹਿਰ ਸਤਿਗੁਰਾਂ ਨੂੰ ਮਿਲਣ ਦੇ ਵਾਸਤੇ ਬਹੁਤਿਆਂ ਸਾਰਿਆਂ ਮਨੁੱਖਾਂ ਨੂੰ ਨਾਲ ਲੈ ਕੇ ਪਹੁੰਚਿਆ। ਪਿਛਲੇ ਪਹਿਰ ਤੋਂ ਭਾਵ ਹੈ ਕਿ ਸ਼ਾਮਾਂ ਦੇ ਵਕਤ। ਅਧਿਕ ਉਪਾਇਨ ਅਰਪਣ ਕੇ ਹਿਤ ਲਿਆਏ ਸਦਨ ਤੇ ਰੁਚ ਕੋ ਠਾਨ। ਬਹੁਤੀ ਸਾਰੀ ਭੇਟਾ ਸਤਿਗੁਰਾਂ ਦੇ ਚਰਨਾਂ ਦੇ ਵਿੱਚ
ਅਰਪਣ ਕਰਨ ਦੇ ਵਾਸਤੇ ਹਿੱਤ ਨੂੰ ਧਾਰਨ ਕਰਕੇ ਘਰੋਂ ਰੁਚੀ ਦੇ ਨਾਲ ਲੈ ਕੇ ਪਹੁੰਚੇ। ਖੜਗ ਸਿਪਰ ਨਿਜ ਅੰਗ ਬੰਦ ਕਰ, ਬਾਜ ਹੱਥ ਪਰ ਲਿਓ ਬਿਠਾਏ। ਉਹ ਜਿਹੜਾ ਪਹੁੰਚਿਆ ਹੈ ਰਾਹਕ, ਉਸਨੇ ਤਲਵਾਰ ਨੂੰ ਤੇ ਢਾਲ ਨੂੰ ਆਪਣੇ ਸਰੀਰ ਦੇ ਉੱਤੇ ਧਾਰਨ ਕੀਤਾ ਹੈ। ਇਸ ਤੋਂ ਇਲਾਵਾ ਇੱਕ ਸ਼ਿਕਾਰੀ ਬਾਜ ਵੀ ਉਹਨੇ ਆਪਣੇ ਹੱਥ ਦੇ ਉੱਤੇ ਬਿਠਾਇਆ ਹੋਇਆ ਸੀ। ਕੁਛ ਕੁ ਕਰ ਆਪਣੇ ਸੰਗ ਕਰਕੇ, ਬ੍ਰਿਤੀ ਅਖੇਰ ਸਮਾਜ ਬਣਾਏ। ਇਸ ਤੋਂ ਇਲਾਵਾ ਥੋੜੇ ਬਹੁਤੇ ਸ਼ਿਕਾਰੀ ਕੁੱਤੇ ਵੀ ਉਸਦੇ ਨਾਲ ਸਨ, ਭਾਵ ਕਿ ਉਸਨੇ ਜਿਹੜੀ ਆਪਣੀ ਬ੍ਰਿਤੀ ਹੈ ਨਾ ਉਹ ਸ਼ਿਕਾਰ ਖੇਡਣ ਵਾਲੀ ਬਣਾਈ ਹੋਈ ਸੀ। ਗੁਰ ਕੋ ਮਿਲ ਪੁਣ ਚਲੈ ਵਹਿਰ ਕੋ, ਕਰੈ ਸ਼ਿਕਾਰ ਸਦਨ ਤਬ ਆਏ। ਜਦੋਂ ਘਰੋਂ ਬਾਹਰ ਨਿਕਲਿਆ ਤੇ ਆਪਣੇ ਸਾਰਿਆਂ ਸੰਗੀਆਂ ਸਾਥੀਆਂ ਦਾਸਾਂ ਨੂੰ ਉਸਨੇ ਆਖਿਆ ਕਿ ਸਤਿਗੁਰਾਂ ਦਾ ਪਹਿਲਾਂ ਜਾ ਕੇ ਦਰਸ਼ਨ ਕਰਾਂਗੇ ਤੇ ਫਿਰ ਸ਼ਿਕਾਰ ਖੇਡਣ ਦੇ ਵਾਸਤੇ ਬਾਹਰ ਜਾਵਾਂਗੇ। ਸ਼ਿਕਾਰ ਖੇਡਣ ਤੋਂ ਬਾਅਦ ਹੀ ਕਹਿੰਦਾ ਹੈ ਕਿ ਵਾਪਸ ਘਰਾਂ ਨੂੰ ਪਰਤਾਂਗੇ। ਇਮ ਕਹਿ ਚੜ ਤੁਰੰਗ ਪਰ ਪਹੁੰਚਿਓ, ਕਿਤਕ ਸੌਰ ਸੰਗ ਦੁੱਤ ਪਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਕਹਿੰਦਾ ਹੋਇਆ ਘੋੜੇ ਦੀ ਸਵਾਰੀ ਕਰਕੇ ਸਤਿਗੁਰਾਂ ਦੇ ਕੋਲ ਪਹੁੰਚਿਆ ਹੈ, ਜਿਹਦੇ ਨਾਲ ਹੋਰ ਵੀ ਬਹੁਤ ਸਾਰੇ ਉਹਦੇ ਦਾਸ ਘੋੜ ਸਵਾਰ। ਗੁਰੂ ਸਿਵਰ ਕੇ ਨਿਕਟ ਉਤਰ ਕਰ, ਆਗੈ ਕਰ ਅਕੋਰ ਸਮੁਦਾਏ। ਜਿੱਥੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਡੇਰਾ ਲਾਇਆ ਸੀ, ਉੱਥੋਂ ਥੋੜੀ ਦੂਰੀ ਦੇ ਉੱਤੇ ਸਾਰੇ ਘੋੜਿਆਂ ਤੋਂ ਥੱਲੇ ਉਤਰੇ ਨੇ ਤੇ ਭੇਟਾਂ ਨੂੰ ਅੱਗੇ ਕਰਕੇ ਉਹ ਸਾਰਿਆਂ ਤੋਂ ਅੱਗੇ ਚਲਾ ਗਏ। ਪਹੁੰਚ ਸਮੀਪ ਗਹੇ ਪਗ ਪੰਕਜ, ਬੰਧਨ ਕਰੀ ਸੀਸ ਕੋ ਨਿਆਏ। ਸਤਿਗੁਰਾਂ ਦੇ ਲਾਗੇ ਜਾ ਕੇ ਉਸਨੇ ਸਤਿਗੁਰਾਂ ਦੇ ਚਰਨ ਕਮਲਾਂ ਦੇ ਉੱਤੇ ਨਮਸਕਾਰ ਕੀਤੀ ਹੈ ਆਪਣੇ ਮੱਥੇ ਨੂੰ ਲਾ ਕੇ। ਬੈਠਿਓ ਨਿਕਟ ਬਿਕਟ ਪਟ ਗੁਰ ਕੇ, ਦੇਖਤ ਪਾਇਓ ਸ਼ੇਰ ਸਮਤਾਏ। ਨਮਸਕਾਰ ਕਰਕੇ ਸਤਿਗੁਰਾਂ ਦੇ ਲਾਗੇ ਬੈਠ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਅਜਿੱਤ ਸੂਰਮੇ ਨੇ ਉਹਨਾਂ ਨੂੰ ਸਾਰਿਆਂ ਨੂੰ ਉਸਨੇ ਦੇਖਿਆ। ਰਣ ਕੀ ਬਾਤ ਬੂਝ ਹਰ ਖਾਇਓ, ਬਿਧੀ ਚੰਦ ਸਭ ਕਹੀ ਸੁਣਾਏ। ਕਵੀ ਜੀ ਲਿਖਦੇ ਨੇ ਕਿ ਉਸਨੇ ਰਣ ਦੀ ਭਾਵ ਕੇ ਜੰਗ ਦੀ ਸਾਰੀ ਜਿਹੜੀ ਵਾਰਤਾ ਸੀ ਉਹ ਪੁੱਛੀ ਤੇ ਉਸ ਵੇਲੇ ਬਿਧੀ ਚੰਦ ਨੇ ਸਾਰਾ ਹਾਲ ਸੁਣਾਇਆ, ਸੁਣ ਕੇ ਖੁਸ਼ ਹੋਇਆ। ਸ੍ਰੀ ਹਰ ਗੋਬਿੰਦ ਕੁਸ਼ਲ ਪ੍ਰਸ਼ਨ ਕਰ, ਕਰ ਪਰ ਬਾਜ ਬਿਲੋਕਨ ਕੀਨ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਉਸਦੀ ਰਾਜੀ ਖੁਸ਼ੀ ਦੀ ਖਬਰ ਪੁੱਛੀ ਹੈ ਤੇ ਦੇਖਿਆ ਸਤਿਗੁਰਾਂ ਨੇ ਕਿ ਇਸਨੇ ਇੱਕ ਸ਼ਿਕਾਰੀ ਬਾਜ ਨੂੰ ਆਪਣੇ ਹੱਥ ਦੇ ਉੱਤੇ ਬਿਠਾਇਆ ਹੋਇਆ। ਬੂਝਤ ਭਾਏ ਕਹੋ ਇਹ ਕਸ ਹੈ, ਗਹਿ ਬਿਹੰਗਮ ਕਿਮ ਬਲ ਪੀਨ। ਬਾਜ ਦੇ ਵੱਲ ਦੇਖ ਕੇ ਸਤਿਗੁਰਾਂ ਨੇ ਸਵਾਲ ਕੀਤਾ, ਕਹਿੰਦੇ ਨੇ ਕਿਸ ਤਰ੍ਹਾਂ ਦਾ ਇਹ ਬਾਜ ਹੈ, ਕਹਿੰਦੇ ਨੇ ਕਿ ਕਿਸ ਤਰ੍ਹਾਂ ਸ਼ਿਕਾਰ ਨੂੰ ਇਹ ਫੜਦਾ ਹੈ, ਕਿ ਵੱਡੇ ਵੱਡੇ ਜਿਹੜੇ ਉੱਡਣ ਵਾਲੇ ਪੰਛੀ ਨੇ ਉਹਨਾਂ ਨੂੰ ਇਹ ਮਾਰ ਲੈਂਦਾ। ਸਤਿਗੁਰਾਂ ਨੇ ਸਵਾਲ ਕੀਤਾ।
ਸਿਛਤ ਕਰਿਓ ਕੇ ਨਹੀਂ ਅਬ ਲੋਏ ਕਿਤ ਤੇ ਆਏ ਕਿਦੋਂ ਮੁੱਲ ਲੀਨ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਬਾਜ ਨੂੰ ਕਿਸੇ ਪ੍ਰਕਾਰ ਦੀ ਸਿੱਖਿਆ ਦਿੱਤੀ ਗਈ ਹੈ ਕਿ ਜਾਂ ਅਜੇ ਇਸ ਨੂੰ ਸਿੱਖਿਆ ਦੇਣੀ ਬਾਕੀ ਹੈ? ਇਸ ਤੋਂ ਇਲਾਵਾ ਤੈਨੂੰ ਇਹ ਕਿੱਥੋਂ ਪ੍ਰਾਪਤ ਹੋਇਆ? ਕਿਉਂਕਿ ਜਦੋਂ ਵੀ ਇਸ ਤਰ੍ਹਾਂ ਦਾ ਕੋਈ ਜਾਨਵਰ ਖਰੀਦਿਆ ਜਾਂਦਾ ਹੈ ਤੇ ਕਿਸ ਤਰ੍ਹਾਂ ਦਾ ਉਹਦੇ ਤੋਂ ਕੰਮ ਲੈਣਾ ਹੈ, ਉਸ ਨੂੰ ਉਸ ਬਾਰੇ ਸਿੱਖਿਆ ਦਿੱਤੀ ਜਾਂਦੀ। ਸਤਿਗੁਰੂ ਜੀ ਕਹਿੰਦੇ ਨੇ ਕਿ ਕਿੱਥੋਂ ਪ੍ਰਾਪਤ ਹੋਇਆ, ਕੀ ਬਾਜ ਸਿਖਾਇਆ ਗਿਆ ਹੈ ਕਿ ਨਹੀਂ ਸਿਖਾਇਆ ਗਿਆ, ਔਰ ਕਿੱਥੋਂ ਤੂੰ ਮੁੱਲ ਖਰੀਦੇ? ਕਿਤਕ ਕਾਲ ਮੈਂ ਤੁਮ ਸਮੀਪ ਹੈ ਕਰਨ ਅਖੇਰ ਸ਼ੌਕ ਚਿਤ ਲੀਨ। ਸਤਿਗੁਰਾਂ ਨੇ ਇਸ ਤੋਂ ਇਲਾਵਾ ਇਹ ਵੀ ਪੁੱਛਿਆ ਕਿ ਕਿੰਨੇ ਕੁ ਚਿਰ ਤੋਂ ਇਹ ਬਾਜ ਤੇਰੇ ਕੋਲ ਹੈ, ਔਰ ਸ਼ਿਕਾਰ ਖੇਡਣ ਦੇ ਵਾਸਤੇ ਕਿੰਨੀ ਕੁ ਵਾਰ ਤੂੰ ਆਪਣੇ ਨਾਲ ਇਸ ਨੂੰ ਲੈ ਕੇ ਗਏ? ਨਾਮ ਫਤੂ ਹੀ ਰਾਹਕ ਕੋਤੇ ਕਹਿਤ ਪਾਇਓ ਸੁਣੀਐ ਮਹਾਰਾਜ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਉਸ ਰਾਹਕ ਦਾ, ਉਸ ਜ਼ਿਮੀਦਾਰ ਦਾ ਨਾਮ ਫਤੂਹੀ ਸੀ। ਇਸ ਤੋਂ ਇਲਾਵਾ ਜਿਹੜੇ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਉਹ ਇੱਥੋਂ ਤੱਕ ਲਿਖਦੇ ਨੇ ਕਿ ਗਰੇਵਾਲ ਗੋਦ ਦਾ ਇਹ ਸਰਦਾਰ ਸੀ ਜਿਸਦਾ ਨਾਮ ਫਤੂਹੀ ਸੀ। ਕਵੀ ਜੀ ਲਿਖਦੇ ਨੇ ਕਿ ਜਿਸਦਾ ਨਾਮ ਫਤੂਹੀ ਸੀ ਉਹਨੇ ਫਿਰ ਆਖਿਆ, ਕਹਿੰਦਾ ਸੁਣੀਏ ਮਹਾਰਾਜ, ਹੇ ਸੱਚੇ ਪਾਤਸ਼ਾਹ ਸੁਣੋ ਮੇਰੀ ਬੇਨਤੀ ਨੂੰ। ਦੂਰ ਦੇਸ਼ ਕੋ ਮੁਝ ਟਿਗ ਆਇਓ ਇਹ ਸੁੰਦਰ ਸਿਛਤ ਹੈ ਬਾਜ। ਕਹਿੰਦਾ ਕਿ ਕਿਸੇ ਦੂਰ ਦੇਸ਼ ਤੋਂ ਮੈਂ ਇਸ ਨੂੰ ਆਪਣੇ ਕੋਲ ਮੰਗਵਾਇਆ ਹੈ ਤੇ ਸੱਚੇ ਪਾਤਸ਼ਾਹ ਇਹ ਬਾਜ ਸਿੱਖਿਆ ਹੋਇਆ, ਇਹਨੂੰ ਸਿਖਾਉਣ ਦੀ ਲੋੜ ਨਹੀਂ ਹੈ, ਇਹ ਕਾਫੀ ਜ਼ਿਆਦਾ ਸ਼ਿਕਾਰ ਵਧੀਆ ਕਰ ਲੈਂਦਾ। ਚਪਟਤ ਬੜੇ ਬਿਹੰਗਣ ਗਣ ਕੋ ਰਾਖਿਓ ਮੈਂ ਅਖੇਰ ਕੇ ਕਾਜ। ਕਹਿੰਦਾ ਕਿ ਉੱਡਣ ਵਾਲੇ ਬਹੁਤੇ ਸਾਰੇ ਬਲ ਵਾਲੇ ਪੰਛੀਆਂ ਨੂੰ ਇਹ ਝਪਟ ਕੇ ਝੱਟ ਹੀ ਫੜ ਲੈਂਦਾ ਹੈ ਸੱਚੇ ਪਾਤਸ਼ਾਹ, ਸ਼ਿਕਾਰ ਖੇਡਣ ਦੇ ਵਾਸਤੇ ਮੈਂ ਇਸ ਨੂੰ ਆਪਣੇ ਕੋਲ ਰੱਖਿਆ ਹੋਇਆ। ਬਹੁ ਬਿਦਸੋ ਇਸ ਪਾਰਨ ਕਰ ਹੋ ਯਤਨ ਅਨੇਕਨ ਕੋ ਉਪਰਾਜ। ਫਤੂਹੀ ਕਹਿੰਦਾ ਹੈ ਕਿ ਬਹੁਤਿਆਂ ਤਰੀਕਿਆਂ ਦੇ ਨਾਲ ਮੈਂ ਹਮੇਸ਼ਾ ਬਾਜ ਨੂੰ ਪਾਲਦਾ ਹਾਂ, ਅਨੇਕਾਂ ਯਤਨਾਂ ਦੇ ਨਾਲ ਦੁੱਖਾਂ ਤੋਂ ਬਚਾ ਕੇ ਰੱਖਦਾ ਹੈ ਤੇ ਯਤਨ ਦੇ ਨਾਲ ਇਹਨੂੰ ਪਾਲਦਾ। ਖਾਣ ਪਾਣ ਨਿਸ ਕੋ ਨਿਜ ਹਾਥਨ ਕਰਤ ਰਹੋ ਮੈਂ ਨਿਕਟ ਰਖਾਏ। ਫਤੂਹੀ ਨੇ ਆਖਿਆ ਕਿ ਸੱਚੇ ਪਾਤਸ਼ਾਹ ਬਾਜ ਦੇ ਖਾਣ ਪੀਣ ਦਾ ਸਾਰਾ ਜਿਹੜਾ ਧਿਆਨ ਹੈ ਉਹ ਮੈਂ ਖੁਦ ਆਪ ਰੱਖਦਾ ਹਾਂ ਤੇ ਆਪਣੇ ਹੱਥਾਂ ਦੇ ਨਾਲ ਹੀ ਇਸ ਬਾਜ ਨੂੰ ਖਵਾਉਂਦਾ ਜਾਂ ਪਿਆਉਂਦਾ। ਅਧਿਕ ਅਖੇਰ ਤਮਾਸ਼ ਦਿਖਾਵਤ ਕੋ ਖਗ ਚਪਟੇ ਨਹੀਂ ਬਚ ਜਾਏ। ਕਹਿੰਦਾ ਕਿ ਜਦੋਂ ਸ਼ਿਕਾਰ ਦੇ ਵਾਸਤੇ ਇਸ ਬਾਜ ਨੂੰ ਲਿਜਾਇਆ ਜਾਂਦਾ ਤੇ ਬੜੇ ਵਧੀਆ ਤਮਾਸ਼ੇ ਇਹ ਦਿਖਾਉਂਦਾ ਹੈ, ਵੱਡੇ ਵੱਡੇ ਪੰਛੀ ਨੂੰ ਚਪਟਾ ਮਾਰ ਕੇ ਇਹ ਝੱਟ ਹੀ ਫੜ ਲੈਂਦਾ, ਕੋਈ ਪੰਛੀ ਇਹਦੇ ਵਾਰ ਤੋਂ ਬਚ ਨਹੀਂ ਸਕਦਾ। ਜੋ ਬਾਜਨ ਕੇ ਗੁਣ ਸਭ ਤਾਰਤ ਕਰ ਤਰੀਫ ਮੈਂ ਕਿਤਕ ਸੁਣਾਏ। ਫਤੂਹੀ ਕਹਿੰਦਾ ਕਿ ਸੱਚੇ ਪਾਤਸ਼ਾਹ ਜਿੰਨੇ ਵੀ ਬਾਜਾਂ ਦੇ ਵਿੱਚ ਗੁਣ ਹੋਣੇ ਚਾਹੀਦੇ ਨੇ
ਉਹ ਸਾਰੇ ਦੇ ਸਾਰੇ ਗੁਣ ਇਸ ਬਾਜ ਦੇ ਵਿੱਚ ਮੌਜੂਦ ਨੇ। ਸੱਚੇ ਪਾਤਸ਼ਾਹ, ਮੈਂ ਤੁਹਾਡੇ ਸਾਹਮਣੇ ਇਸ ਬਾਜ ਦੀ ਕਿੰਨੀ ਕੁ ਤਾਰੀਫ ਕਰਾਂ। ਨਿਸਬਾ ਸੁਰ ਮੈਂ ਨਹੀਂ ਵਿਸਾਹ ਕਰ, ਰਾਖੋ ਨਿਤ ਹੀ ਨਿਕਟ ਬਿਠਾਏ। ਫਤੂਹੀ ਕਹਿੰਦਾ ਹੈ ਕਿ ਰਾਤ ਤੇ ਦਿਨ ਮੈਂ ਕਦੇ ਵੀ ਇਸ ਦਾ ਵਿਸਾਹ ਨਹੀਂ ਖਾਂਦਾ, ਹਮੇਸ਼ਾ ਆਪਣੇ ਲਾਗੇ ਹੀ ਇਸ ਨੂੰ ਰੱਖਦਾ। ਸੁਣਤ ਬਾਜ ਗੁਣ ਸਤ ਗੁਰ ਬੋਲੇ, ਪਿਆਰੀ ਵਸਤ ਗੁਰੂ ਯਰ ਪੰਥ। ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਫਤੂਹੀ ਰਾਹਕ ਨੇ ਸੁਣਾਈਆਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪਿਆਰੀ ਵਸਤ ਗੁਰੂ ਹਰ ਪੰਥ, ਕਹਿੰਦੇ ਨੇ ਜਿਹੜੀ ਪਿਆਰੀ ਵਸਤੂ ਹੁੰਦੀ ਹੈ ਨਾ, ਉਹ ਮਨੁੱਖ ਨੂੰ ਚਾਹੀਦਾ ਹੈ ਕਿ ਗੁਰੂ ਦੇ ਚਰਨਾਂ ਦੇ ਵਿੱਚ ਅਰਪਣ ਕਰ ਦੇਵੇ। ਤਿਸ ਕੋ ਫਲ ਅਤ ਸ਼ੈ ਹੋਏ ਪ੍ਰਾਪਤ, ਯਾਂ ਤੇ ਹਮ ਕੋ ਦੇਹ ਸੁਹੰਤ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਵੀ ਕੋਈ ਗੁਰੂ ਦਾ ਸਿੱਖ ਸਾਰਿਆਂ ਤੋਂ ਪਿਆਰੀ ਚੀਜ਼ ਗੁਰੂ ਦੇ ਚਰਨਾਂ ਦੇ ਵਿੱਚ ਅਰਪਣ ਕਰਦਾ ਹੈ, ਉਸ ਨੂੰ ਬਹੁਤ ਵੱਡਾ ਫਲ ਪ੍ਰਾਪਤ ਹੁੰਦਾ ਹੈ। ਇਸ ਕਰਕੇ ਇਹ ਜਿਹੜਾ ਆਪਣਾ ਬਾਜ ਹੈ ਨਾ, ਜਿਹੜਾ ਕਿ ਸੋਭਾ ਦੇਣ ਵਾਲਾ ਹੈ, ਉਹ ਸਾਨੂੰ ਅਰਪਣ ਕਰ ਦੇ, ਭਾਵ ਕਿ ਸਾਨੂੰ ਦੇ ਦੇ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਇਹ ਪ੍ਰੀਖਿਆ ਲੈਣ ਦੇ ਵਾਸਤੇ ਕਹਿ ਦਿੱਤਾ। ਕਰੈ ਅਖੇਰ ਸੰਗ ਅਬ ਇਸ ਕੇ, ਹੇਰ ਗੁਣ ਜੇ ਤੱਕ ਬਰ ਅਨੰਤ। ਸਤਿਗੁਰੂ ਜੀ ਕਹਿੰਦੇ ਨੇ ਕਿ ਤੇਰੇ ਬਾਜ ਨੂੰ ਲੈ ਕੇ ਅਸੀਂ ਵੀ ਇਸ ਨੂੰ ਨਾਲ ਲੈ ਕੇ ਸ਼ਿਕਾਰ ਖੇਡਣ ਦੇ ਵਾਸਤੇ ਜਾਵਾਂਗੇ, ਇਸ ਨੂੰ ਬਾਜ ਨੂੰ ਸ਼ਿਕਾਰ ਦੇ ਉੱਤੇ ਛੱਡਾਂਗੇ, ਤੇ ਜਿਸ ਤਰ੍ਹਾਂ ਦੇ ਤੂੰ ਗੁਣ ਬਿਆਨ ਕੀਤੇ ਹੈ ਨਾ, ਉਹਨਾਂ ਦੀ ਪਰਖ ਕਰਾਂਗੇ ਕਿ ਵਾਕਿਆ ਹੀ ਜਿੰਨੀਆਂ ਸਿਫਤਾਂ ਕੀਤੀਆਂ ਨੇ ਇਹ ਬਾਜ ਦੇ ਵਿੱਚ ਹੈ ਵੀ ਨੇ ਕਿ ਨਹੀਂ। ਕਿਮ ਚਪਟਤ ਹੈ ਬਾਡੇ ਬੇਹੰਗਮ, ਕਿਮ ਕਰ ਬੇਗ ਉਡਤ ਪਕ ਰੰਤ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਦੇਖਾਂਗੇ ਕਿ ਵੱਡੇ ਪੰਛੀਆਂ ਨੂੰ ਕਿਸ ਤਰ੍ਹਾਂ ਚਪੜਦਾ ਹੈ, ਕਿਸ ਤਰ੍ਹਾਂ ਬੇਗ ਦੇ ਨਾਲ ਤੇਜ਼ੀ ਦੇ ਨਾਲ ਉੱਡ ਕੇ ਜਾ ਕੇ ਉਹਨਾਂ ਨੂੰ ਫੜ ਲੈਂਦਾ ਹੈ। ਸਤਿਗੁਰਾਂ ਨੇ ਇਸ ਤਰ੍ਹਾਂ ਦਾ ਵਚਨ ਕੀਤਾ। ਹੁਣ ਜਿਹੜੇ ਸੰਪਾਦਕ ਨੇ ਇਸ ਗ੍ਰੰਥ ਦੇ, ਉਹਨਾਂ ਨੇ 5-7 ਸਤਰਾਂ ਇਸ ਦੇ ਬਾਰੇ ਲਿਖੀਆਂ ਨੇ। ਉਹ ਲਿਖਦੇ ਨੇ ਕਿ ਕਵੀ ਜੀ ਇਸ ਚੋਜ ਵਿੱਚ ਸਤਿਗੁਰੂ ਜੀ ਦੇ ਇੱਕ ਮਨੁੱਖੀ ਨਾਟ ਨੂੰ ਦਿਖਾ ਰਹੇ ਹਨ, ਜਿਸ ਵਿੱਚ ਪ੍ਰਯੋਜਨ ਹੈ ਸਿੱਖ ਦਾ ਉਧਾਰ ਕਰਨਾ। ਗੁਰੂ ਦੁਆਰਾ ਦਿਲਾਂ ਨੂੰ ਸਫਾ ਕਰਨ ਦੇ ਅਨੋਖੇ ਅਨੋਖੇ ਢੰਗ ਵਰਤਣ ਦੀਆਂ ਵਾਰਤਾਵਾਂ ਕਈ ਵਾਰ ਵਰਤੀਆਂ ਸਨ। ਬਾਜ ਦੀ ਲੋੜ ਨਹੀਂ ਸੀ, ਅਸਲ ਮਤਲਬ ਇਹ ਹੈ ਕਿ ਫਤੂਹੀ ਬਾਜ ਦੇ ਵਿੱਚ ਲੱਗੇ ਆਪਣੇ ਮੋਹ ਨੂੰ ਤਿਆਗ ਦੇਵੇ, ਕਿਉਂਕਿ ਬਾਜ ਦੇ ਨਾਲ ਜੇਕਰ ਉਹਦਾ ਮੋਹ ਲੱਗਾ ਹੈ, ਇਸ ਦੇ ਵਿੱਚ ਉਹਦੀ ਹਉਮੈ ਹੈ, ਉਸ ਦੇ ਅੰਦਰ ਬੜੀ ਪ੍ਰਬਲ ਜਿਹੜੀ ਹਉਮੈ ਹੈ ਇਹ ਹੋ ਰਹੀ ਸੀ। ਗੁਰੂ ਅੱਗੇ ਨੀਵਾਂ ਹੋਵੇ, ਫਿਰ ਉਸ ਨੂੰ ਆਤਮਕ ਜੀਵਨ ਵੱਲ ਮੋੜਿਆ ਜਾਵੇ। ਐਸ਼ਵਰਜ ਪ੍ਰਾਪਤ ਵਿੱਚ ਹੁੰਦਿਆਂ ਰਾਏ ਜੋਧ ਵਾਂਗ ਉਹ ਨਿਰਹੰਕਾਰ ਪ੍ਰਜਾ ਰੱਖਿਅਕ ਜੋਧਾ ਵੀ ਤਾਂ ਹੀ ਹੋ ਸਕਦਾ ਹੈ ਜੇ ਪ੍ਰਿਯ ਵਸਤੂ ਨੂੰ ਉਹ ਤਿਆਗ ਦੇਵੇ ਤੇ ਸਬਕ ਸਿੱਖ ਲਵੇ ਰਾਏ ਜੋਧ ਦੇ ਵਾਂਗ। ਨਹੀਂ ਤਾਂ ਐਸੇ ਅਮੀਰ ਤਾਂ ਉਸ ਵੇਲੇ ਬਥੇਰੇ ਸਨ ਜੋ ਪ੍ਰਜਾ ਦੇ ਰੱਖਿਅਕ ਨਹੀਂ ਸਗੋਂ ਪ੍ਰਜਾ ਦੇ ਧਰੋਹੀ ਸਨ। ਬਾਜ ਦਾ ਲੋਭ ਗੁਰੂ ਜੀ ਨੂੰ ਬਿਲਕੁਲ ਕੋਈ ਨਹੀਂ ਸੀ। ਸੰਪਾਦਕ ਇਹ ਕਹਿਣ ਦਾ ਯਤਨ ਕਰਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਿਰਫ ਉਸ ਦੇ ਮੋਹ ਨੂੰ ਤੋੜ ਕੇ, ਉਹਦੀ ਹਉਮੈ ਨੂੰ ਤੋੜ ਕੇ, ਉਸ ਨੂੰ
ਚੰਗੀ ਸਿੱਖਿਆ ਦੇਣ ਦਾ ਯਤਨ ਕਰ ਰਹੇ ਸਨ। ਸਤਿਗੁਰਾਂ ਨੂੰ ਕੋਈ ਬਾਜ ਦੀ ਕਮੀ ਨਹੀਂ ਸੀ, ਪਰ ਫਿਰ ਵੀ ਸਤਿਗੁਰਾਂ ਨੇ ਉਸ ਦੀ ਪ੍ਰੀਖਿਆ ਲੈਣ ਦੇ ਵਾਸਤੇ ਕਹਿ ਦਿੱਤਾ ਕਿ ਆਪਣਾ ਪਿਆਰਾ ਬਾਜ ਸਾਨੂੰ ਦੇ ਦੇ। ਸੁਣਤ ਫਤੂਹੀ ਅਰਜ ਗੁਜਾਰੀ, ਸ੍ਰੀ ਪ੍ਰਭ ਮੁਝ ਤੇ ਦਿਓ ਨਾ ਜਾਏ। ਜਦੋਂ ਸਤਿਗੁਰਾਂ ਨੇ ਬਾਜ ਦੀ ਮੰਗ ਕੀਤੀ ਤੇ ਫਤੂਹੀ ਹੱਥ ਜੋੜ ਕੇ ਅਰਜ ਕਰਦਾ ਕਿ ਸੱਚੇ ਪਾਤਸ਼ਾਹ, ਮੇਰੇ ਤੋਂ ਇਹ ਬਾਜ ਦਿੱਤਾ ਨਹੀਂ ਜਾਂਦਾ, ਭਾਵ ਕਿ ਮੈਂ ਆਪਣਾ ਬਾਜ ਤੁਹਾਨੂੰ ਅਰਪਣ ਨਹੀਂ ਸਕਦਾ। ਅਧਿਕ ਪ੍ਰੇਮ ਹੈ ਇਸ ਮੈਂ ਮਨ ਕੋ, ਨਹੀਂ ਨਿਆਰੋ ਮੈਂ ਕਰੋ ਕਦਾਏ। ਕਹਿੰਦਾ ਸੱਚੇ ਪਾਤਸ਼ਾਹ, ਇਸ ਬਾਜ ਦੇ ਨਾਲ ਮੇਰਾ ਵਧੇਰੇ ਪ੍ਰੇਮ ਹੈ, ਮੇਰਾ ਮਨ ਬੜਾ ਇਸ ਬਾਜ ਦੇ ਉੱਤੇ ਰਿਝਿਆ ਹੋਇਆ, ਮੈਂ ਕਦੇ ਵੀ ਆਪਣੇ ਤੋਂ ਦੂਰ ਇਸ ਬਾਜ ਨੂੰ ਕਰ ਨਹੀਂ ਸਕਦਾ। ਦੇਸ਼ ਬਦੇਸ਼ਣ ਸਗਰੀ ਦਿਸ਼ ਤੇ, ਤੁਮ ਕੋ ਵਸਤ ਚਲੀ ਗਨ ਆਏ। ਇਸ ਤੋਂ ਇਲਾਵਾ ਫਤੂਹੀ ਕਹਿੰਦਾ ਕਿ ਦੇਸ਼ਾਂ ਵਿਦੇਸ਼ਾਂ ਤੋਂ ਬਹੁਤੀਆਂ ਸਾਰੀਆਂ ਐਸੀਆਂ ਜਿਹੜੀਆਂ ਚੀਜ਼ਾਂ ਨੇ ਉਹ ਤੁਹਾਡੇ ਚਰਨਾਂ ਦੇ ਵਿੱਚ ਅਰਪਣ ਹੁੰਦੀਆਂ ਨੇ। ਸੱਚੇ ਪਾਤਸ਼ਾਹ, ਤੁਹਾਨੂੰ ਕੋਈ ਬਾਜਾਂ ਦਾ ਘਾਟਾ ਹੈ? ਮੁਝ ਟਿਗ ਤੋਂ ਇੱਕ ਇਹੀ ਬਾਜ ਹੈ, ਪ੍ਰਿਯ ਮਨ ਕੋ ਮੈਂ ਰੱਖੋ ਬਣਾਏ। ਸੱਚੇ ਪਾਤਸ਼ਾਹ, ਤੁਹਾਡੇ ਕੋਲ ਤੇ ਬੜੇ ਬਾਜ ਨੇ, ਕੋਈ ਇੱਕ ਬਾਜ ਨਹੀਂ, ਮੇਰੇ ਕੋਲ ਤੇ ਸਿਰਫ ਇੱਕੋ ਹੀ ਬਾਜ ਹੈ ਔਰ ਮੇਰੇ ਮਨ ਨੂੰ ਬੜਾ ਪਿਆਰਾ ਹੈ, ਇਸ ਕਰਕੇ ਮੈਂ ਇਸ ਨੂੰ ਦੇ ਨਹੀਂ ਸਕਦਾ, ਇਹ ਤੇ ਮੈਂ ਆਪਣੇ ਕੋਲ ਹੀ ਰੱਖਾਂਗਾ। ਸ੍ਰੀ ਗੁਰ ਲਖੀ ਕਿਰਪਣ ਇਹ ਮਨ ਕੋ, ਕਰੋ ਬਚਨ ਤਿਸ ਕੋ ਤਤ ਕਾਲ। ਸਤਿਗੁਰਾਂ ਨੇ ਸੋਚਿਆ ਕਿ ਬੜਾ ਕਿਰਪਣ ਹੈ, ਬੜਾ ਕੰਜੂਸ ਹੈ ਮਨ ਦਾ, ਜਿਹਨੇ ਆਪਣਾ ਬਾਜ ਦੇਣ ਤੋਂ ਨਾ ਕਰ ਦਿੱਤੀ। ਉਸੇ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਤਤਕਾਲ ਹੀ ਬਚਨ ਕੀਤਾ। ਕਹਿੰਦੇ ਨੇ ਜੇ ਗੁਰ ਉਚਿਤ ਵਸਤੂ ਕੁਛ ਹੋਵੇ ਸੋ ਪਹੁੰਚੇਗੀ ਆਏ ਉਤਾਲ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜੀ ਚੀਜ਼ ਗੁਰੂ ਦੇ ਵਾਸਤੇ ਉਚਿਤ ਹੁੰਦੀ ਹੈ, ਗੁਰੂ ਨੂੰ ਲੋੜੀਂਦੀ ਹੁੰਦੀ ਹੈ, ਉਹ ਤੇ ਭਾਵੇਂ ਕੋਈ ਵੀ ਤਰੀਕਾ ਬਣੇ ਉਹ ਜ਼ਰੂਰ ਹੀ ਗੁਰੂ ਦੇ ਕੋਲ ਪਹੁੰਚ ਜਾਂਦੀ। ਨਹੀਂ ਦੇਵਨ ਕੋ ਅਪ ਜਸ ਲੇਵਨ ਸੋ ਪ੍ਰਾਪਤ ਹੀ ਹੋਤ ਬਿਸਾਲ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਨਾ ਕਰ ਦਿੰਦਾ, ਨਹੀਂ ਦਿੰਦਾ ਚੀਜ਼, ਉਹ ਅਪ ਜਸ ਦੀ ਪ੍ਰਾਪਤੀ ਕਰਦਾ ਹੈ, ਪਰ ਦਰਅਸਲ ਜਿਹੜੀ ਚੀਜ਼ ਸਤਿਗੁਰੂ ਜੀ ਦੇ ਵਾਸਤੇ ਹੁੰਦੀ ਹੈ ਉਹ ਪ੍ਰਾਪਤ ਜ਼ਰੂਰ ਹੋ ਜਾਂਦੀ ਹੈ, ਭਾਵੇਂ ਥੋੜਾ ਜਿਹਾ ਸਮਾਂ ਲੱਗ ਜਾਏ। ਮੂੜ ਫਤੂਹੀ ਲੱਖ ਨਹੀਂ ਸਾਕੈ, ਕਰ ਅਭਿਬੰਧਨ ਉੱਠ ਤਬ ਚਾਲ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਸਤਿਗੁਰਾਂ ਨੇ ਇਸ ਤਰ੍ਹਾਂ ਦੇ ਬਚਨ ਕਹਿ ਦਿੱਤੇ, ਪਰ ਮੂਰਖ ਜਿਹੜਾ ਫਤੂਹੀ ਸੀ ਉਹ ਸਤਿਗੁਰਾਂ ਦੇ ਬਚਨਾਂ ਦੇ ਭਾਵ ਅਰਥ ਨੂੰ ਸਮਝ ਨਾ ਸਕਿਆ ਤੇ ਨਮਸਕਾਰ ਕਰਕੇ ਝੱਟ ਹੀ ਆਪਣੇ ਘਰ ਨੂੰ ਮੁੜ ਗਏ। ਭਾ ਮਨ ਭੰਗ ਬੇਰਸ ਗੁਰ ਸੰਗ, ਗਯੋ ਨਾ ਵਹਿਰ ਹਟਿਓ ਘਰ ਆਏ। ਕਵੀ ਜੀ ਲਿਖਦੇ ਨੇ ਕਿ ਫਤੂਹੀ ਦਾ ਮਨ ਟੁੱਟ ਗਿਆ, ਕਿਉਂਕਿ ਗੁਰੂ ਜੀ ਦੇ ਨਾਲ ਬੇਰਸ ਹੋ ਗਿਆ ਸੀ। ਬਾਹਰ ਸ਼ਿਕਾਰ ਖੇਡਣ ਦਾ ਮਤਾ ਉਸਨੇ ਬਣਾਇਆ ਸੀ, ਪਰ ਸ਼ਿਕਾਰ ਖੇਡਣ ਦੇ ਵਾਸਤੇ ਵੀ ਨਾ ਗਿਆ, ਪਰਤ ਕੇ ਆਪਣੇ ਘਰ ਹੀ ਪਹੁੰਚੇ। ਪਿਖ ਆਡੇ ਪਰ ਬਾਜ ਬਿਠਾਇਬ, ਆਪ ਮੰਚ ਪਰ ਥਿਰਿਓ ਤਦਾਏ। ਘਰ ਆਣ ਕੇ ਜਿਹੜਾ ਅੱਡਾ ਬਣਿਆ ਹੋਇਆ ਸੀ
ਉਸ ਅੱਡੇ ਦੇ ਉੱਤੇ ਉਸ ਬਾਜ ਨੂੰ ਬਿਠਾ ਦਿੱਤਾ ਤੇ ਆਪ ਪਲੰਗ ਦੇ ਉੱਤੇ ਉਸੇ ਵੇਲੇ ਬੈਠ ਗਿਆ। ਜਿਸ ਤਰ੍ਹਾਂ ਕਿ ਜਿਹੜੇ ਕਬੂਤਰ ਆਦਿਕ ਪੰਛੀ ਰੱਖਦੇ ਨੇ, ਉਹਨਾਂ ਨੇ ਵੀ ਘਰ ਦੇ ਵਿੱਚ ਛਤਰੀ ਵਾਂਗ ਅੱਡੇ ਬਣਾਏ ਹੁੰਦੇ ਨੇ, ਜਿਨ੍ਹਾਂ ਦੇ ਉੱਤੇ ਆਣ ਕੇ ਕਬੂਤਰ ਬਹਿ ਜਾਂਦੇ ਨੇ। ਇਸੇ ਤਰੀਕੇ ਦੇ ਨਾਲ ਉਸ ਦੇ ਘਰ ਦੇ ਵਿੱਚ ਇੱਕ ਅੱਡਾ ਬਣਿਆ ਹੋਇਆ ਸੀ, ਜਿਸ ਅੱਡੇ ਦੇ ਉੱਤੇ ਉਸਨੇ ਬਾਜ ਨੂੰ ਬਿਠਾ ਦਿੱਤਾ ਤੇ ਆਪ ਪਲੰਗ ਦੇ ਉੱਤੇ ਨਿੰਮੋ ਚੂਣਾ ਹੋ ਕੇ ਬਹਿ ਗਿਆ। ਕਿਸ ਤਰੀਕੇ ਦੇ ਨਾਲ ਇਹ ਵਾਰਤਾ ਵਾਪਰੀ, ਇਸ ਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਆਪਣੀ ਸਰਲ ਕਵਿਤਾ ਦੇ ਨਾਲ ਇਸ ਤਰ੍ਹਾਂ ਪੇਸ਼ ਕਰਦੇ। ਇੱਕ ਦਿਨ ਫਤੂਹੀ ਸੀ ਮਿਲਣ ਆਇਆ, ਬਾਜ ਹੱਥ ਦੇ ਉੱਤੇ ਬੈਠਾਇਆ ਜੀ, ਉਹਦੇ ਸਿਦਕ ਭਰੋਸੇ ਦੇ ਪਰਖਣੇ ਲਈ ਸਤਿਗੁਰਾਂ ਨੇ ਹੱਸ ਸੁਣਾਇਆ ਜੀ, ਸਾਨੂੰ ਚੌਧਰੀ ਜੀ ਬਾਜ ਦੇ ਦੇਵੋ, ਸਾਡੇ ਚਿੱਤ ਤਾਈ ਚੰਗਾ ਪਾਇਆ ਜੀ, ਅੱਗੋਂ ਹੋ ਕੰਮ ਦਿਲਾ ਉਹ ਕਹਿਣ ਲੱਗਾ, ਬੜੀਆਂ ਮਿਹਨਤਾਂ ਨਾਲ ਸਿਖਾਇਆ ਜੀ, ਮੈਨੂੰ ਬੜਾ ਪਿਆਰਾ ਏ ਲੱਗਦਾ ਏ, ਪੰਛੀ ਦੇਣ ਤੋਂ ਚਿੱਤ ਚੁਰਾਇਆ ਜੀ, ਗੁਰ ਪੀਰਾਂ ਨੂੰ ਦਈ ਦੀ ਚੀਜ਼ ਚੰਗੀ, ਅੱਗੇ ਗੁਰਾਂ ਵਲਾਓ ਇਹ ਪਾਇਆ ਜੀ, ਉਸ ਫੇਰ ਵੀ ਸਿਰ ਹਿਲਾ ਦਿੱਤਾ, ਰੱਤੀ ਭਰਨਾ ਦਿਲੋਂ ਸ਼ਰਮਾਇਆ ਜੀ, ਤੂੰ ਤਾਂ ਆਖਦਾ ਸੈਂ ਤਨ ਮਨ ਗੁਰਦਾ, ਹੁਣ ਕਿੱਥੇ ਉਹ ਸਿਦਕ ਛੁਪਾਇਆ ਜੀ, ਮੁੱਠ ਖੰਭਾਂ ਦੀ ਦੇ ਨਾ ਸਕਿਆ ਤੂੰ, ਤਨ ਧਨ ਦੇਣਾ ਕੀ ਅਲਾਇਆ ਜੀ, ਅੱਖਾਂ ਨੀਵੀਆਂ ਕਰਕੇ ਚਲਾ ਗਿਆ, ਅੱਡੇ ਬਾਜ ਜਾ ਕੇ ਬਿਠਾਇਆ ਜੀ, ਗਿਆ ਸਿੱਖਿਓ ਡੋਲ ਜਨੌਰ ਪਿੱਛੇ, ਖੋਟਾ ਨਿਕਲਿਆ ਜਦੋਂ ਕਸਾਇਆ ਜੀ, ਬਹਿ ਗਿਆ ਮੁਲਮਾ ਕਰਤਾਰ ਸਿੰਘਾ, ਥੋੜਾ ਸੇਕ ਦੇ ਕੇ ਜਦੋਂ ਤਾਇਆ ਜੀ। ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਸਤਿਗੁਰਾਂ ਨੇ ਆਖਿਆ ਕਿ ਤੂੰ ਤੇ ਕਹਿੰਦਾ ਸੀ, ਹੇ ਗੁਰੂ ਮੇਰਾ ਤਨ ਮੇਰਾ ਮਨ ਮੇਰਾ ਧਨ ਤੁਹਾਡੇ ਚਰਨਾਂ ਦੇ ਵਿੱਚ ਸਮਰਪਣ ਹੈ, ਤੇ ਸਤਿਗੁਰੂ ਜੀ ਕਹਿੰਦੇ ਨੇ ਇੱਕ ਖੰਭਾਂ ਦੀ ਮੁੱਠ ਦੇ ਪਿੱਛੇ ਤੂੰ ਭਰਮ ਗਿਆ, ਭਾਵ ਕੇ ਬਾਜ ਇੱਕ ਖੰਭਾਂ ਦੀ ਮੁੱਠ ਵਰਗਾ। ਇਸ ਤਰੀਕੇ ਦੇ ਨਾਲ ਨਾ ਕਰਕੇ ਘਰ ਆ ਗਿਆ ਤੇ ਬਾਜ ਨੂੰ ਅੱਡੇ ਦੇ ਉੱਤੇ ਬਿਠਾ ਕੇ ਪਲੰਗ ਦੇ ਉੱਤੇ ਬਹਿ ਗਏ। ਚਿਤਵਤ ਚਿਤ ਗੁਰ ਜਾਚਨ ਕੀ ਨਸ, ਪ੍ਰਿਯ ਮਨ ਕੋ ਕਿਮ ਦਿਓ ਨਾ ਜਾਏ। ਬਾਰ ਬਾਰ ਉਹਨਾਂ ਗੱਲਾਂ ਨੂੰ ਚੇਤੇ ਕਰਦਾ ਕਿ ਗੁਰੂ ਜੀ ਨੇ ਬਾਜ ਦੀ ਮੰਗ ਕੀਤੀ ਪਰ ਮੈਂ ਪਿਆਰਾ ਹੋਣ ਕਰਕੇ ਬਾਜ ਨਾ ਦਿੱਤਾ, ਆਖਰਕਾਰ ਮੈਂ ਦੇ ਕਿਵੇਂ ਸਕਦਾ ਸੀ, ਮੈਨੂੰ ਤੇ ਬਾਜ ਬੜਾ ਪਿਆਰਾ। ਕਰ ਪਰ ਮੈਂ ਬਿਠਾਏ ਕਰ ਗਮਨਿਓ, ਨਹੀਂ ਨੀਕੀ ਇਹ ਤੈਨੂੰ ਦਿਖਾਏ। ਕਹਿੰਦਾ ਕਿ ਮੈਂ ਵੀ ਐਵੇਂ ਹੀ ਹੱਥ ਦੇ ਉੱਤੇ ਬਾਜ ਨੂੰ ਬਿਠਾ ਕੇ ਲੈ ਗਿਆ, ਜੇਕਰ ਮੈਂ ਇਸ ਤਰ੍ਹਾਂ ਬਾਜ ਨੂੰ ਨਾ ਲਿਜਾਂਦਾ ਨਾ ਗੁਰੂ ਜੀ ਬਾਜ ਨੂੰ ਵੇਖਦੇ ਤੇ ਕਦੇ ਵੀ ਐਸੀ ਗੱਲ ਹੋਣੀ ਹੀ ਨਹੀਂ ਸੀ। ਹਿਰਦੈ ਵਿਚਾਰਤ ਬਾਜ ਨਿਹਾਰਤ, ਇੱਕ ਰੇਸ਼ਮ ਡੋਰਾ ਤਿਸ ਪਾਸ। ਇੱਕ ਪਾਸੇ ਕਵੀ ਜੀ ਲਿਖਦੇ ਨੇ ਕਿ ਇਸ ਤਰ੍ਹਾਂ ਦੀਆਂ ਵਿਚਾਰਾਂ ਫਤੂਹੀ ਕਰ ਰਿਹਾ ਸੀ, ਦੂਸਰੇ ਪਾਸੇ ਕਹਿੰਦੇ ਨੇ ਕਿ ਦੇਖਿਆ ਕਿ ਉਸ ਅੱਡੇ ਦੇ ਉੱਤੇ ਇੱਕ ਛੋਟੀ ਜੀ ਰੇਸ਼ਮ ਦੀ ਰੱਸੀ ਪਈ ਸੀ, ਬਾਜ ਉਸ ਰੱਸੀ ਨੂੰ ਦੇਖਣ ਲੱਗਾ।
ਗਹਿ ਚੋਂਚ ਮੈਂ ਨਿਕਲ ਗਯੋ ਤਬ ਦੇਖਤ ਫਤੂਹੀ ਰਹਿ ਗਾ ਤਾਸ। ਭਾਵੇਂ ਕਿ ਬਾਜ ਦੇ ਵੱਲ ਫਤੂਹੀ ਦਾ ਧਿਆਨ ਸੀ ਪਰ ਸੋਚਾਂ ਦੇ ਵਿੱਚ ਵੀ ਡੁੱਬਾ ਹੋਇਆ ਸੀ। ਆਖਿਰਕਾਰ ਉਸਦੇ ਦੇਖਦਿਆਂ ਦੇਖਦਿਆਂ ਹੀ ਉਹ ਜਿਹੜੀ ਰੇਸ਼ਮ ਦੀ ਰੱਸੀ ਸੀ ਉਹ ਚੁੰਝ ਦੇ ਨਾਲ ਨਿਗਲ ਲਈ ਭਾਵ ਕੇ ਆਪਣੇ ਅੰਦਰ ਕਰ ਲਈ। ਉਸ ਬਾਜ ਨੇ ਉਸ ਰੱਸੀ ਨੂੰ ਖਾ ਗਿਆ। ਫਤੂਹੀ ਮਾਨੋ ਕੇ ਦੇਖ ਕੇ ਹੈਰਾਨ ਹੀ ਰਹਿ ਗਏ। ਤੂਰਨ ਕਰਤਿਓ ਗਹਿਓ ਰਹਿਓ ਤੇ ਨਹੀਂ ਬਚਾਵ ਹੋਇਓ ਪਛਤਾਸ। ਕਾਲੀ ਦੇ ਨਾਲ ਦੌੜ ਕੇ ਯਤਨ ਕੀਤਾ ਪਰ ਫੜਦਾ ਫੜਦਾ ਰਹਿ ਗਿਆ। ਕਵੀ ਜੀ ਲਿਖਦੇ ਨੇ ਕਿ ਦੇਖਦਿਆਂ ਦੇਖਦਿਆਂ ਹੀ ਬਾਜ ਨੇ ਉਹ ਜਿਹੜੀ ਰੇਸ਼ਮ ਦੀ ਰੱਸੀ ਸੀ ਨਾ ਉਹਨੂੰ ਖਾ ਲਿਆ ਨਿਗਲ ਲਿਆ। ਅੰਤਰ ਗਯੋ ਬੇਹਾਲ ਪਾਇਓ ਤਬ ਲੋਟ ਪੋਟ ਦੁੱਖ ਤੇ ਜਿਮ ਨਾਸ। ਬਸ ਬਾਜ ਦੇ ਅੰਦਰ ਉਹ ਰੇਸ਼ਮ ਦੀ ਰੱਸੀ ਜਾਣ ਦੀ ਹੀ ਦੇਰ ਸੀ ਕਿ ਬਾਜ ਬਹੁਤ ਹੀ ਜ਼ਿਆਦਾ ਬੇਬਲ ਹੋ ਗਿਆ, ਲੋਟ ਪੋਟ ਹੋਣ ਲੱਗਾ, ਦੁੱਖ ਬਹੁਤ ਜ਼ਿਆਦਾ ਵਿਆਪਿਆ। ਇਸ ਤਰ੍ਹਾਂ ਸਮਝਦਾ ਸੀ ਕਿ ਹੁਣੇ ਮਰ ਜਾਏਗਾ। ਕਨੇ ਉਹ ਪਾਵਨ ਕਰਤ ਫਤੂਹੀ ਪਾਇਓ ਬਾਜ ਜਿਮ ਪ੍ਰਾਣਨ ਹੀਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਫਤੂਹੀ ਨੇ ਬਹੁਤੇ ਸਾਰੇ ਯਤਨ ਕੀਤੇ, ਬੜੇ ਉਪਾਅ ਕੀਤੇ ਪਰ ਕਿਸੇ ਵੀ ਤਰੀਕੇ ਦੇ ਨਾਲ ਉਹ ਬਾਜ ਨੂੰ ਰਾਜੀ ਨਾ ਕਰ ਸਕਿਆ। ਇਸ ਤਰ੍ਹਾਂ ਲੱਗਦਾ ਸੀ ਕਿ ਹੁਣ ਇਹ ਬਚਦਾ ਨਹੀਂ, ਇਹ ਮਰ ਜਾਏਗਾ। ਜਾਤ ਹਾਥ ਤੇ ਮ੍ਰਿਤਕ ਹੋਏ ਅਬ ਗੁਰ ਗਾਥਾ ਮਨ ਮੈਂ ਤਬ ਆਨ। ਕਵੀ ਜੀ ਲਿਖਦੇ ਨੇ ਕਿ ਜਾਣਿਆ ਕਿ ਹੱਥਾਂ ਦੇ ਵਿੱਚੋਂ ਬਾਜ ਹੁਣ ਨਿਕਲ ਜਾਵੇਗਾ, ਮਰ ਜਾਵੇਗਾ। ਉਸ ਵੇਲੇ ਗੁਰੂ ਜੀ ਦੇ ਆਖੇ ਹੋਏ ਬਚਨ ਨੂੰ ਯਾਦ ਕੀਤਾ ਫਤੂਹੀ ਨੇ। ਦੇਵੋ ਤਿਨੈ ਮਰਨ ਅਬ ਲਾਗਿਓ ਬਣੋ ਸਮੁਖ ਤਿਨ ਬਾਕ ਸੋ ਮਾਨ। ਜਦੋਂ ਸੋਚਿਆ ਕਿ ਬਚੇਗਾ ਨਹੀਂ ਤੇ ਫਤੂਹੀ ਸੋਚਦਾ ਕਿ ਜੇਕਰ ਮੈਂ ਮਰਨ ਤੋਂ ਪਹਿਲਾਂ ਹੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜਿਉਂਦਿਆਂ ਹੀ ਇਸ ਨੂੰ ਅਰਪਣ ਕਰ ਦੇਵਾਂ ਤਾਂ ਮੇਰੀ ਗੱਲ ਫੱਬ ਜਾਏਗੀ, ਕਿਉਂਕਿ ਸਤਿਗੁਰਾਂ ਨੇ ਬਾਜ ਮੰਗਿਆ ਸੀ ਤੇ ਮੈਂ ਬਾਜ ਦੇ ਕੇ ਸਤਿਗੁਰਾਂ ਦੇ ਬਚਨ ਦੇ ਸਨਮੁਖ ਹੋ ਜਾਵਾਂਗਾ ਕਿ ਉਹਨਾਂ ਦਾ ਹੁਕਮ ਮੰਨਿਆ ਗਿਆ। ਪੁਨ ਮਰ ਜਾਏ ਰਹਿ ਕੈ ਜੀਵਤ ਉਤਰੈ ਦੋ ਸ਼ਕੀਨ ਅਗਿਆਨ। ਸੋਚਦਾ ਕਿ ਜੇਕਰ ਮਰਨ ਤੋਂ ਪਹਿਲਾਂ ਹੀ ਮੈਂ ਸਤਿਗੁਰਾਂ ਨੂੰ ਬਾਜ ਭੇਟਾ ਕਰ ਦੇਵਾਂਗਾ, ਉਸ ਤੋਂ ਬਾਅਦ ਮੈਨੂੰ ਇਸ ਦੇ ਨਾਲ ਕੀ ਕਿ ਮਰੇ ਜਾਂ ਜਿਉਂਦਾ ਰਵੇ, ਮੇਰਾ ਜਿਹੜਾ ਦੋਸ਼ ਅਗਿਆਨ ਦੇ ਨਾਲ ਕੀਤਾ ਹੋਇਆ ਨਾ ਉਹ ਉਤਰ ਜਾਏਗਾ। ਬਚਨ ਨ ਮਾਨਿਓ ਮੈਂ ਗੁਰ ਕੋ ਤਬ ਕਿਦੋਂ ਪਇਓ ਅਪਰਾਧ ਜੋ ਸੋਏ। ਸੋਚਦਾ ਕਿ ਮੈਂ ਸਤਿਗੁਰਾਂ ਦਾ ਬਚਨ ਨਹੀਂ ਮੰਨਿਆ, ਉਹਨਾਂ ਨੂੰ ਬਾਜ ਨਹੀਂ ਦਿੱਤਾ ਤੇ ਹੁਣ ਮੈਂ ਬਾਜ ਜਾ ਕੇ ਦੇ ਦੇਣਾ ਹਾਂ, ਮੇਰਾ ਜਿਹੜਾ ਅਪਰਾਧ ਹੈ ਨਾ ਉਹ ਖਤਮ ਹੋ ਜਾਏਗਾ। ਦੇਨੋ ਉਚਿਤ ਹੋ ਤੋ ਮੈਂ ਦੀਆ ਨਾ ਯਾਂ ਤੇ ਦਸ਼ਾ ਬਾਜ ਅਸ ਹੋਏ। ਦੂਸਰੇ ਪਾਸੇ ਉਸ ਫਤੂਹੀ ਨੇ ਇਹ ਵੀ ਗੱਲ ਸੋਚੀ ਹੈ ਕਿ ਮੈਨੂੰ ਦੇਣਾ ਬਣਦਾ ਸੀ ਸਤਿਗੁਰਾਂ ਦੇ ਮੰਗਣ ਦੇ ਉੱਤੇ ਬਾਜ, ਪਰ ਮੈਂ ਨਹੀਂ ਦਿੱਤਾ, ਇਸੇ ਕਰਕੇ ਬਾਜ ਦੀ ਐਸੀ ਦਸ਼ਾ ਹੋਈ। ਏਵ ਵਿਚਾਰਤ ਤੁਰਤ ਤੁਰੰਗ ਚੜ ਲੇ ਕਰ ਚੱਲਿਓ ਬਿਲਮ ਕੋ ਖੋਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਉਸੇ ਵੇਲੇ ਘੋੜੇ ਦੀ ਸਵਾਰੀ ਕੀਤੀ ਹੈ, ਬਾਜ ਨੂੰ ਫੜਿਆ ਹੈ ਤੇ ਸਤਿਗੁਰਾਂ ਨੂੰ ਅਰਪਣ ਕਰਨ ਦੇ ਵਾਸਤੇ ਦੇਰੀ ਤੋਂ ਬਗੈਰ ਹੀ ਉਹ ਚੱਲ ਪਿਆ। ਸ਼ੀਘ੍ਰ ਪਹੁੰਚੋ ਗੁਰੂ ਨਿਕਟ ਸੋ ਦੀਨ ਮਨਾ ਚਿਤ ਲਾਜ ਪਰੋਏ।
ਬੜੀ ਸ਼ੀਘਰਤਾ ਦੇ ਨਾਲ ਹੀ, ਬੜੀ ਕਾਹਲੀ ਦੇ ਨਾਲ ਹੀ ਸਤਿਗੁਰਾਂ ਦੇ ਕੋਲ ਪਹੁੰਚ ਗਿਆ ਤੇ ਬੜੇ ਦੀਨ ਮਨ ਦੇ ਨਾਲ ਸ਼ਰਮਿੰਦੇ ਹੋਏ ਨੇ ਉਸ ਨੇ ਜਾ ਕੇ ਅਰਜ ਕੀਤੀ। ਬਾਜ ਬੈਠਾ ਏ ਗੁਰੂ ਕੇ ਆਗੇ ਕਰ, ਜੋਰੇ ਜੁਗ ਕੋ ਕਰੀ ਬਖਾਨ। ਉਹ ਜਿਹੜਾ ਬਾਜ ਸੀ ਉਸ ਨੂੰ ਸਤਿਗੁਰਾਂ ਦੇ ਅੱਗੇ ਬਿਠਾ ਦਿੱਤਾ ਤੇ ਹੱਥ ਜੋੜ ਕੇ ਫਿਰ ਫਤੂਹੀ ਨੇ ਅਰਜ ਕਰਨੀ ਸ਼ੁਰੂ ਕੀਤੀ। ਮਹਾਰਾਜ ਇਹ ਰਾਵਰ ਕੋ ਅਬ ਲੀਜੈ ਨਿਜ ਕੀ ਜੈ ਸਭ ਧਾਨ। ਫਤੂਹੀ ਕਹਿੰਦਾ, ਸੱਚੇ ਪਾਤਸ਼ਾਹ ਮੈਂ ਤੁਹਾਡੇ ਹੁਕਮ ਨੂੰ ਮੰਨ ਨਹੀਂ ਸਕਿਆ, ਬੜੀ ਵੱਡੀ ਗਲਤੀ ਕੀਤੀ, ਇਸ ਕਰਕੇ ਸੱਚੇ ਪਾਤਸ਼ਾਹ ਹੁਣ ਮੈਂ ਤੁਹਾਡੇ ਚਰਨਾਂ ਦੇ ਵਿੱਚ ਇਸ ਬਾਜ ਨੂੰ ਅਰਪਣ ਕਰਦਾ ਹਾਂ। ਸੱਚੇ ਪਾਤਸ਼ਾਹ ਇਹ ਹੁਣ ਮਰਨ ਵਾਲਾ ਹੈ, ਜੇਕਰ ਕਿਰਪਾ ਕਰ ਦਿਓ ਤੇ ਇਸ ਨੂੰ ਬਚਾ ਕੇ ਸਾਵਧਾਨ ਕਰਕੇ ਆਪਣੇ ਕੋਲ ਹੀ ਰੱਖ ਲਓ। ਬਾਕ ਨ ਮਾਨਿਓ ਭਾਇਓ ਦੋਸ਼ ਵੱਡ, ਲੈ ਅਬ ਬਖਸ਼ੋ ਕਿਰਪਾ ਨਿਧਾਨ। ਫਤੂਹੀ ਕਹਿੰਦਾ, ਤੁਹਾਡਾ ਬਚਨ ਨਹੀਂ ਮੰਨਿਆ, ਮੈਂ ਬਹੁਤ ਵੱਡਾ ਦੋਸ਼ ਕਰ ਲਿਆ, ਸੱਚੇ ਪਾਤਸ਼ਾਹ ਕਿਰਪਾ ਕਰਕੇ ਮੇਰੇ ਵੱਡੇ ਦੋਸ਼ ਨੂੰ ਹੁਣ ਤੁਸੀਂ ਖਿਮਾ ਕਰ ਦਿਓ, ਮਾਫ ਕਰ ਦਿਓ। ਹੇ ਕਿਰਪਾ ਦੇ ਸਮੂਹ ਸਤਿਗੁਰੂ ਜੀ, ਮੈਂ ਤੁਹਾਨੂੰ ਬਾਜ ਅਰਪਣ ਕਰਦਾ ਹਾਂ ਤੇ ਮੇਰੀ ਗਲਤੀ ਨੂੰ ਮਾਫ ਕਰ ਦਿਓ। ਭੂਲਣ ਹਾਰ ਸਦਾ ਇਹ ਪ੍ਰਾਣੀ, ਬਖਸ਼ਣ ਹਾਰ ਸੋਆਪ ਮਹਾਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਫਤੂਹੀ ਨੇ ਬੜੀ ਹੀ ਨਿਮਰਤਾ ਦੇ ਨਾਲ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਹੈ ਕਿ ਇਹ ਸੱਚੇ ਪਾਤਸ਼ਾਹ ਜਿਹੜਾ ਪ੍ਰਾਣੀ ਹੈ, ਜਿਹੜਾ ਮਨੁੱਖ ਹੈ, ਉਹ ਤੇ ਹਮੇਸ਼ਾ ਭੁੱਲਣ ਹਾਰ ਹੁੰਦਾ ਹੈ, ਭੁੱਲ ਜਾਂਦਾ ਹੈ, ਪਰ ਸੱਚੇ ਪਾਤਸ਼ਾਹ ਤੁਸੀਂ ਤੇ ਸਤਿਗੁਰੂ ਹੋ, ਤੁਸੀਂ ਤੇ ਬਖਸ਼ਣ ਦੇ ਦਾਤੇ ਹੋ, ਕਿਰਪਾ ਕਰਕੇ ਮੇਰੀ ਗਲਤੀ ਨੂੰ ਮਾਫ ਕਰ ਦਿਓ ਤੇ ਮੈਨੂੰ ਸੱਚੇ ਪਾਤਸ਼ਾਹ ਬਖਸ਼ ਲਵੋ। ਕਹਾਂ ਪਾਇਓ ਤਵ ਸਤਿਗੁਰ ਬੂਝਿਓ, ਸੁਣਤ ਫਤੂਹੀ ਸਗਲ ਬਤਾਏ। ਫਤੂਹੀ ਦੀ ਬੇਨਤੀ ਨੂੰ ਸੁਣ ਕੇ ਸਤਿਗੁਰੂ ਜੀ ਕਹਿੰਦੇ ਨੇ, ਆਖਿਰਕਾਰ ਬਾਜ ਨੂੰ ਹੋਇਆ ਕੀ ਹੈ? ਸਤਿਗੁਰਾਂ ਨੇ ਜਦੋਂ ਪੁੱਛਿਆ ਤੇ ਫਿਰ ਫਤੂਹੀ ਨੇ ਸਾਰੀ ਗਾਥਾ ਸੁਣਾਈ। ਤੁਮ ਟਿਗ ਤੇ ਮੈਂ ਜਾਇ ਬਿਠਾਇਬ, ਰੇਸ਼ਮ ਡੋਰਾ ਲਇਓ ਲੰਘਾਏ। ਕਹਿੰਦਾ ਕਿ ਜਦੋਂ ਹੀ ਤੁਹਾਡਾ ਦਰਸ਼ਨ ਕਰਕੇ ਮੈਂ ਘਰ ਵਾਪਸ ਪਰਤਿਆ ਤੇ ਬਾਜ ਦੇ ਬਣੇ ਹੋਏ ਅੱਡੇ ਦੇ ਉੱਤੇ ਮੈਂ ਬਾਜ ਨੂੰ ਬਿਠਾ ਦਿੱਤਾ, ਪਰ ਸੱਚੇ ਪਾਤਸ਼ਾਹ ਅਚਾਨਕ ਹੀ ਇਸ ਬਾਜ ਨੇ ਰੇਸ਼ਮ ਦੀ ਰੱਸੀ ਨੂੰ ਆਪਣੇ ਅੰਦਰ ਲਗਾ ਲਿਆ। ਤਤ ਸ਼ਿਨ ਭਾਇਓ ਬਿਹਾਲ ਮਰਨ ਕੋ, ਪਹਿਚ ਨਯੋ ਆਨਿਓ ਯੁਤ ਲਾਏ। ਕਹਿੰਦਾ ਹੈ ਕਿ ਉਸੇ ਵੇਲੇ ਦੀ ਇਸ ਬਾਜ ਦੀ ਇਸ ਤਰ੍ਹਾਂ ਦੀ ਹਾਲਤ ਹੋ ਗਈ ਹੈ, ਬੜਾ ਬੇਹਾਲ ਹੋ ਗਿਆ, ਇਸ ਤਰ੍ਹਾਂ ਲੱਗਦਾ ਹੈ ਕਿ ਹੁਣੇ ਹੀ ਮਰ ਜਾਏਗਾ। ਸੱਚੇ ਪਾਤਸ਼ਾਹ ਮੈਂ ਫੌਰਨ ਤੁਹਾਡੇ ਕੋਲ ਲੈ ਕੇ ਪਹੁੰਚਿਆ। ਜੇ ਚਿਤ ਚਹੋ ਜਿਵਾਇ ਲਿਹੋ ਪ੍ਰਭ, ਨਾ ਤੁਰ ਮਰ ਨਹੀਂ ਬਿਲ ਮਾਏ। ਫਤੂਹੀ ਨੇ ਅਰਜ ਕੀਤੀ ਕਿ ਸੱਚੇ ਪਾਤਸ਼ਾਹ ਜੇਕਰ ਕਿਰਪਾ ਕਰਦੇ ਹੋ ਤੇ ਕਿਰਪਾ ਕਰਕੇ ਇਸ ਨੂੰ ਬਚਾ ਲਵੋ, ਨਹੀਂ ਤੇ ਸੱਚੇ ਪਾਤਸ਼ਾਹ ਦੇਰੀ ਨਹੀਂ ਲੱਗੇਗੀ, ਇਹ ਥੋੜੀ ਦੇਰ ਤੋਂ ਬਾਅਦ ਮਰ ਜਾਏਗਾ। ਸੁਣ ਸ੍ਰੀ ਹਰ ਗੋਬਿੰਦ ਚੰਦ, ਗੋਰੇ ਆਪਣੇ ਹੱਥ ਬਿਠਾਵਨ ਕੀਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਫਤੂਹੀ ਦੀਆਂ ਗੱਲਾਂ ਨੂੰ ਸੁਣਿਆ ਤੇ ਆਪਣੇ ਹੱਥ ਦੇ ਉੱਤੇ ਉਸ ਬਾਜ ਨੂੰ ਬਿਠਾ ਲਿਆ।
ਕਹਿਤ ਪਾਏ ਕਿਸ ਕਾਰਨ ਕਰਕੇ ਡੋਰਾ ਬਦਨ ਨਿਗਲ ਤੈਲੀਨ। ਬਾਜ ਨੂੰ ਆਪਣੇ ਹੱਥ ਦੇ ਉੱਤੇ ਬਿਠਾ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਬਾਜ ਨੂੰ ਕਹਿੰਦੇ ਨੇ ਕਿ ਐਸਾ ਕਿਹੜਾ ਕਾਰਨ ਸੀ ਕਿ ਜਿਸ ਕਾਰਨ ਦੇ ਕਰਕੇ ਤੂੰ ਰੇਸ਼ਮ ਦੀ ਰੱਸੀ ਨੂੰ ਆਪਣੇ ਅੰਦਰ ਨਿਗਲਿਆ, ਹੇ ਬਾਜ ਦੱਸ ਕਿਉਂ ਇਸ ਤਰ੍ਹਾਂ ਕੀਤਾ। ਜਿਮ ਨਿਗਲਿਓ ਤਿਮ ਉਗਲ ਤੁੰਡ ਤੇ ਸਾਵਧਾਨ ਬਣ ਕੇ ਬਲ ਪੀਨ। ਸਤਿਗੁਰਾਂ ਨੇ ਬਚਨ ਕੀਤਾ ਬਾਜ ਨੂੰ ਕਿ ਜਿਵੇਂ ਆਪਣੇ ਅੰਦਰ ਇਸ ਰੇਸ਼ਮ ਦੀ ਡੋਰ ਨੂੰ ਨਿਗਲਿਆ ਹੈ, ਉਸੇ ਤਰੀਕੇ ਦੇ ਨਾਲ ਆਪਣੇ ਮੂੰਹ ਦੇ ਵਿੱਚੋਂ ਸਾਵਧਾਨ ਹੋ ਕੇ ਇਹਨੂੰ ਬਾਹਰ ਕੱਢ ਦੇ, ਤੇਰਾ ਦੁੱਖ ਦੂਰ ਹੋ ਜਾਏਗਾ। ਇਮ ਪਣ ਤੇ ਤਤ ਛਿਨ ਹੀ ਮੁਖ ਤੇ ਰੇਸ਼ਮ ਡੋਰ ਉਗਲ ਕਰ ਦੀਨ। ਕਿਉਂਕਿ ਸਤਿਗੁਰੂ ਜੀ ਐਸੇ ਨੇ ਜਿਨ੍ਹਾਂ ਦੇ ਹੁਕਮ ਨੂੰ ਸਾਰੇ ਮੰਨਦੇ ਨੇ, ਭਾਵੇਂ ਦੇਵਤੇ ਹੋਣ, ਭਾਵੇਂ ਦੈਂਤ ਹੋਣ, ਭਾਵੇਂ ਪਸ਼ੂ ਹੋਣ, ਭਾਵੇਂ ਪੰਛੀ ਹੋਣ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਬਾਜ ਨੂੰ ਆਖਿਆ ਕਿ ਜਿਵੇਂ ਰੱਸੀ ਨੂੰ ਅੰਦਰ ਖੜਿਆ ਹੋਇਆ ਉਸੇ ਤਰੀਕੇ ਦੇ ਨਾਲ ਇਹਨੂੰ ਬਾਹਰ ਗਲੱਛ ਦੇ, ਪਾਵ ਕੇ ਉਲਟੀ ਕਰ ਦੇ। ਉਸੇ ਵੇਲੇ ਬਾਜ ਨੇ ਤਤ ਛਣੀ ਉਹ ਜਿਹੜੀ ਖਾਧੀ ਹੋਈ ਰੇਸ਼ਮ ਦੀ ਡੋਰ ਸੀ ਉਹਨੂੰ ਬਾਹਰ ਉਗਲ ਦਿੱਤਾ, ਰੇਸ਼ਮ ਦੀ ਡੋਰ ਬਾਹਰ ਨਿਕਲ ਗਈ। ਉਸੇ ਵੇਲੇ ਬਾਜ ਫਿਰ ਤੋਂ ਸਾਵਧਾਨ ਹੋ ਗਿਆ। ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਤਰੀਕੇ ਦੇ ਨਾਲ ਇਸ ਘਟਨਾ ਨੂੰ ਬਿਆਨ ਕਰਦੇ ਨੇ। ਅੱਡੇ ਉੱਤੇ ਬੈਠਾਲ ਕੇ ਚਲਾ ਗਿਆ, ਉਸੇ ਵਕਤ ਪਾਣਾ ਕਰਤਾਰ ਹੋਇਆ, ਸਾਰੀ ਰੇਸ਼ਮੀ ਡੋਰਿਓ ਨਿਗਲ ਗਿਆ, ਵਿੱਚ ਪਲਾਂ ਦੇ ਆਏ ਬਿਮਾਰ ਹੋਇਆ। ਬਾਜ ਤਾਈ ਡਿਠਾ ਜਦੋਂ ਚੌਧਰੀ ਨੇ, ਬੜਾ ਮਨ ਦੇ ਵਿੱਚ ਦੁਖਿਆਰ ਹੋਇਆ, ਕੀਤੇ ਬਹੁਤ ਇਲਾਜ ਨਾ ਪੇਸ਼ ਗਈ, ਅੰਤ ਚੌਧਰੀ ਆਣ ਲਾਚਾਰ ਹੋਇਆ। ਲੈ ਕੇ ਗੁਰਾਂ ਦੀ ਸ਼ਰਨੀ ਆਏ ਡਿੱਗਾ, ਪੰਛੀ ਮਰਨ ਨੂੰ ਜਦੋਂ ਤਿਆਰ ਹੋਇਆ, ਆ ਲਓ ਬਚਦਾ ਜੇ ਤਾਂ ਬਚਾ ਲਓ ਜੀ, ਆਖ ਮਨੋ ਡਾਡਾ ਸ਼ਰਮਸਾਰ ਹੋਇਆ। ਗੁਰਾਂ ਬਾਜ ਤੇ ਹੱਥ ਫੇਰ ਆ ਜਾ, ਦਿੱਤੀ ਡੋਰ ਉਗਲਛ ਹੁਸ਼ਿਆਰ ਹੋਇਆ, ਕੀ ਜਨੌਰ ਨਾ ਚੀਜ਼ ਕਰਤਾਰ ਸਿੰਘਾ, ਬੇਸਿਦਕਾ ਐਵੇਂ ਗੁਆਰ ਹੋਇਆ। ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਸਤਿਗੁਰਾਂ ਨੇ ਕਿਰਪਾ ਕੀਤੀ ਤੇ ਬਾਜ ਰਾਜੀ ਹੋ ਗਿਆ। ਪਰ ਕਵੀ ਜੀ ਲਿਖਦੇ ਨੇ ਕਿ ਇੱਕ ਬਾਜ ਨਾਚੀ ਸੀ ਜਿਹਦੇ ਪਿੱਛੇ ਉਹ ਫਤੂਹੀ ਭਰਮ ਗਿਆ, ਤੇ ਐਵੇਂ ਹੀ ਬੇਸਿਦਕੀ ਦਾ ਉਸ ਗੁਆਰ ਨੇ ਸਬੂਤ ਦਿੱਤਾ। ਪਰ ਉਹ ਗੁਰੂ ਆਗੇ ਤਬੈ ਕੀਨ ਬਿਲੋਚਨ ਡੋਰ, ਹਿਰਦੈ ਫਤੂਹੀ ਬਿਸਮ ਕਰ ਰਹਿਓ ਜੁਗਲ ਕਰ ਜੋਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵੇਖਦਿਆਂ ਸਾਰ ਹੀ ਸਾਰੇ ਹੈਰਾਨ ਰਹਿ ਗਏ ਨੇ ਕਿ ਬਾਜ ਨੇ ਉਹ ਜਿਹੜੀ ਰੇਸ਼ਮ ਦੀ ਰੱਸੀ ਸੀ ਉਸ ਨੂੰ ਉਗਲੱਛ ਕੇ ਬਾਹਰ ਸੁੱਟ ਦਿੱਤਾ। ਸਾਰਿਆਂ ਨੇ ਦੇਖਿਆ, ਫਤੂਹੀ ਦੇਖ ਕੇ ਬਹੁਤ ਜ਼ਿਆਦਾ ਹੈਰਾਨ ਹੋਇਆ ਤੇ ਸਤਿਗੁਰਾਂ ਦੇ ਚਰਨਾਂ ਤੇ ਡਿੱਗਾ। ਸ੍ਰੀ ਸਤਿਗੁਰ ਸਮਰੱਥ ਤੁਮ ਸਭ ਬਿਦ ਸ਼ਕਤ ਬਿਸਾਲ, ਮਾਰਨ ਅਰ ਜੀਵਾਵਨੋ
ਕਰੋ ਬਾਕ ਕੇ ਨਾਲ। ਹੱਥ ਜੋੜ ਕੇ ਫਤੂਹੀ ਨੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ, ਤੁਸੀਂ ਸਮਰੱਥ ਹੋ, ਸਾਰੀਆਂ ਸ਼ਕਤੀਆਂ ਦੇ ਮਾਲਕ ਹੋ, ਕਿਸੇ ਨੂੰ ਮਾਰਨਾ ਜਾਂ ਜਿਵਾਉਣਾ ਇਹ ਸੱਚੇ ਪਾਤਸ਼ਾਹ ਤੁਹਾਡੇ ਬਚਨਾਂ ਦੇ ਵਿੱਚ ਹੈ। ਭਾਵ ਕਿ ਜੇਕਰ ਵਾਹ ਕਰ ਦੇਵੋ ਤੇ ਮਰ ਸਕਦਾ ਹੈ ਕੋਈ, ਜੇਕਰ ਬਚਨ ਕਰ ਦੇਵੋ ਤੇ ਜ਼ਿੰਦਾ ਹੋ ਸਕਦਾ ਹੈ। ਕਿਰਪਾ ਕਰਕੇ ਸੱਚੇ ਪਾਤਸ਼ਾਹ ਮੈਨੂੰ ਮਾਫ ਕਰ ਦਿਓ, ਮੈਂ ਬਹੁਤ ਵੱਡੀ ਗਲਤੀ ਕੀਤੀ। ਕਰਿਓ ਦੋਸ਼ ਸੋ ਬਖਸ਼ੀਐ, ਲੀਜੈ ਬਾਜ ਸੰਭਾਲ। ਇਮ ਕਹਿ ਗਮਨਿਓ ਸਦਨ ਕੋ, ਕਰ ਬੰਧਨ ਤਤਕਾਲ। ਕਹਿੰਦਾ ਜਿਹੜਾ ਦੋਸ਼ ਕੀਤਾ ਹੈ ਸੱਚੇ ਪਾਤਸ਼ਾਹ, ਉਸ ਦੋਸ਼ ਨੂੰ ਬਖਸ਼ ਲਵੋ, ਮੈਨੂੰ ਮਾਫ ਕਰ ਦਿਓ ਤੇ ਬਾਜ ਨੂੰ ਸਾਂਭਲੋ। ਸਤਿਗੁਰਾਂ ਨੇ ਕਿਰਪਾ ਕੀਤੀ, ਉਸ ਨੂੰ ਮਾਫ ਕਰ ਦਿੱਤਾ, ਬਾਜ ਆਪਣੇ ਕੋਲ ਰੱਖ ਲਿਆ। ਇਮ ਕਹਿ ਗਮਨਿਓ ਸਦਨ ਕੋ, ਕਰ ਬੰਧਨ ਤਤਕਾਲ। ਸਤਿਗੁਰਾਂ ਤੋਂ ਆਗਿਆ ਲੈ ਕੇ, ਸਤਿਗੁਰਾਂ ਨੂੰ ਨਮਸਕਾਰ ਕਰਕੇ ਉਹ ਫਿਰ ਫਤੂਹੀ ਆਪਣੇ ਘਰ ਨੂੰ ਚਲਾ ਗਏ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ। ਸ੍ਰੀ ਸਤਿਗੁਰ ਲੈ ਬਾਜ ਕੋ, ਸੌਂਪਿਓ ਮੀਰ ਸ਼ਿਕਾਰ। ਖਾਣ ਪਾਣ ਕਰਕੇ ਭਲੇ, ਬਿਸਰਾਮੇ ਸੁਖ ਤਾਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਸਤਿਗੁਰਾਂ ਨੇ ਬਾਜ ਨੂੰ ਲੈ ਕੇ ਮੀਰ ਸ਼ਿਕਾਰ ਨੂੰ ਸਾਂਭਣ ਦੇ ਵਾਸਤੇ ਦੇ ਦਿੱਤਾ। ਜਿਹੜਾ ਕਿ ਸ਼ਿਕਾਰੀ ਮਹਿਕਮੇ ਦਾ ਅਫਸਰ ਹੁੰਦਾ ਹੈ, ਉਹਨੂੰ ਮੀਰ ਸ਼ਿਕਾਰ ਆਖਿਆ ਜਾਂਦਾ ਹੈ। ਉਸ ਅਹੁਦੇਦਾਰ ਨੂੰ ਸਤਿਗੁਰਾਂ ਨੇ ਬਾਜ ਸੌਂਪ ਦਿੱਤਾ, ਪ੍ਰਸ਼ਾਦ ਪਾਣੀ ਛਕਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਰਾਮ ਕੀਤਾ ਸੁਖ ਨੂੰ ਧਾਰ ਕੇ। ਨਿਸਾ ਬਿਤਾਈ ਸਤਿਗੁਰੂ, ਕਰਕੇ ਸੋਚ ਸ਼ਨਾਨਾ। ਮਰ ਬਿਨਾਸ਼ ਪ੍ਰਕਾਸ਼ ਪਾ, ਹੋਏ ਸਭ ਦਾਨਾ। ਕਵੀ ਜੀ ਲਿਖਦੇ ਨੇ, ਰਾਤ ਨੂੰ ਬਤੀਤ ਕੀਤਾ, ਅੰਮ੍ਰਿਤ ਵੇਲੇ ਸਤਿਗੁਰਾਂ ਨੇ ਉੱਠ ਕੇ ਇਸ਼ਨਾਨ ਪਾਣੀ ਕੀਤਾ। ਜਦੋਂ ਰਾਤ ਦਾ ਹਨੇਰਾ ਖਤਮ ਹੋਇਆ ਤੇ ਫਿਰ ਪ੍ਰਕਾਸ਼ ਹੋਇਆ ਸੂਰਜ ਦਾ, ਤੇ ਫਿਰ ਸਾਰੇ ਦੇ ਸਾਰੇ ਸਾਵਧਾਨ ਹੋਏ। ਸ਼ਸਤਰ ਬਸਤਰ ਪਹਿਰੇ ਪ੍ਰਭੂ, ਹੈ ਨਿਕਟ ਮੰਗਾਇਓ। ਨਾਮ ਜਾਣ ਪਾਈ ਧਰਿਓ, ਨੀਕੇ ਔਰ ਪਾਇਓ। ਕਵੀ ਜੀ ਲਿਖਦੇ ਨੇ ਕਿ ਸ਼ਸਤਰਾਂ ਤੇ ਬਸਤਰਾਂ ਨੂੰ ਪਹਿਣ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਤਿਆਰ ਬਾਰ ਤਿਆਰ ਹੋਏ ਨੇ ਆਪਣੀ ਸਵਾਰੀ ਦੇ ਵਾਸਤੇ। ਉਸ ਵੇਲੇ ਸਤਿਗੁਰਾਂ ਨੇ ਘੋੜੇ ਨੂੰ ਮੰਗਵਾਇਆ ਹੈ। ਕਵੀ ਜੀ ਲਿਖਦੇ ਨੇ ਕਿ ਜਿਸ ਘੋੜੇ ਦਾ ਨਾਮ ਸਤਿਗੁਰਾਂ ਨੇ ਜਾਨ ਭਾਈ ਰੱਖਿਆ ਸੀ, ਉਸੇ ਘੋੜੇ ਨੂੰ ਸਤਿਗੁਰਾਂ ਨੇ ਮੰਗਵਾਇਆ। ਭਏ ਅਰੂੜਨ ਸਤਿਗੁਰੂ, ਤੌਸਾ ਤੁੰਕਾਰਾ। ਸਕਲ ਬਾਹਨੀ ਸੁਣ ਚੜੀ, ਹਥਿਆਰਨ ਤਾਰਾ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਘੋੜੇ ਦੀ ਸਵਾਰੀ ਕੀਤੀ, ਜ਼ੋਰ ਦੇ ਨਾਲ ਨਗਾਰਾ ਖੜਕਾਇਆ ਗਿਆ। ਸਾਰੀ ਦੀ ਸਾਰੀ ਸਤਿਗੁਰਾਂ ਦੀ ਫੌਜ ਨਗਾਰੇ ਦੀ ਚੋਟ ਨੂੰ ਸੁਣ ਕੇ ਹਥਿਆਰਾਂ ਨੂੰ ਫੜ ਕੇ ਤਿਆਰ ਹੋਈ। ਗਮਨੇ ਮਾਰਗ ਮੈਂ ਤਬੈ, ਗੁਰੂ ਕਰਤ ਅਖੇਰਾ। ਨਵੇਂ ਬਾਜ ਕੋ ਛੋਰ ਤੇ, ਪਿਖ ਲਵਾ ਬਟੇਰਾ। ਹੁਣ ਸਤਿਗੁਰੂ ਜੀ ਨਾਲੇ ਚਲੇ ਜਾ ਰਹੇ ਨੇ, ਨਾਲੇ ਰਸਤੇ ਦੇ ਵਿੱਚ ਸਤਿਗੁਰੂ ਜੀ ਸ਼ਿਕਾਰ ਖੇਡਦੇ ਜਾਂਦੇ ਨੇ। ਉਹ ਜਿਹੜਾ ਨਵਾਂ ਬਾਜ ਫਤੂਹੀ ਵਾਲਾ ਹੈ, ਉਸ ਨੂੰ ਪੰਛੀਆਂ ਦੇ ਉੱਤੇ ਛੱਡਦੇ ਨੇ
ਤੇ ਉਸਦੀ ਪਰਖ ਕਰਦੇ ਨੇ। ਇਸੇ ਤਰੀਕੇ ਦੇ ਨਾਲ ਨਿੱਕਾ ਜਿਹੜਾ ਛੋਟਾ ਪੰਛੀ ਲਵਾ ਤੇ ਜਿਹੜੇ ਛੋਟੇ ਬਟੇਰੇ ਨੇ ਉਹਨਾਂ ਨੂੰ ਚਪਟ ਲੈਂਦਾ ਹੈ ਬਾਜ। ਪੰਛੀ ਭਿਖੇ ਸੋ ਖਾਬ ਕੋ ਛੋਰੇ ਤਿਸ ਪਾਛੇ, ਚਪਟਤ ਹੈ ਕਰ ਬੇਗ ਕੋ ਆਵਤ ਹੈ ਨਿਤ ਆਛੇ। ਇਸ ਤੋਂ ਇਲਾਵਾ ਜਿਹੜਾ ਸੁਰਖਾਬ ਪੰਛੀ ਉੱਡਣ ਵਾਲਾ ਹੈ ਉਸ ਦੇ ਉੱਤੇ ਵੀ ਬਾਜ ਨੂੰ ਛੱਡਦੇ ਨੇ, ਝੱਟ ਹੀ ਚਪਟਾ ਮਾਰ ਕੇ ਬੜੀ ਕਾਹਲੀ ਦੇ ਨਾਲ ਉਹ ਬਾਜ ਸੁਰਖਾਬ ਪੰਛੀ ਨੂੰ ਵੀ ਮਾਰ ਲੈਂਦਾ। ਸਣੇ ਸਣੇ ਮਗ ਮੈਂ ਚਲੈ ਇਮ ਕਰਤ ਬਿਲਾਸੇ, ਚਲਤ ਪਏ ਸ਼ਿਕਾਰ ਕੋ ਅਵਿਲੋਕ ਤਮਾਸ਼ੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹੌਲੀ ਹੌਲੀ ਇਸੇ ਤਰੀਕੇ ਦੇ ਨਾਲ ਸਤਿਗੁਰੂ ਜੀ ਅੱਗੇ ਦੀ ਅੱਗੇ ਚਲੇ ਜਾ ਰਹੇ ਨੇ, ਰਸਤੇ ਦੇ ਵਿੱਚ ਇਸ ਤਰ੍ਹਾਂ ਦੇ ਕੌਤਕ ਕਰਦੇ ਜਾਂਦੇ ਨੇ, ਸ਼ਿਕਾਰ ਖੇਡਦੇ ਜਾਂਦੇ ਨੇ, ਤਮਾਸ਼ੇ ਸਾਰੇ ਦੇਖਦੇ ਜਾਂਦੇ। ਜਥਾ ਕ੍ਰਮ ਮਗ ਉਲੰਘਤੇ ਸਲਤਾ ਤਟ ਆਏ, ਕਰਨ ਬਾਹਣੀ ਪਾਰ ਸਭ ਕੇਵਟ ਸਮੁਦਾਏ। ਕਵੀ ਜੀ ਲਿਖਦੇ ਨੇ ਕਿ ਯਥਾ ਯੋਗ ਹੌਲੀ ਹੌਲੀ ਰਸਤੇ ਨੂੰ ਤੈਅ ਕਰਦਿਆਂ ਕਰਦਿਆਂ ਆਖਰਕਾਰ ਦਰਿਆ ਦੇ ਕਿਨਾਰੇ ਤੇ ਪਹੁੰਚ ਗਏ ਨੇ। ਸਾਰੀ ਫੌਜ ਨੂੰ ਆਪਣੇ ਸਮੇਤ ਪਾਰ ਕਰਨ ਦੇ ਵਾਸਤੇ ਬਹੁਤਿਆਂ ਸਾਰਿਆਂ ਮਲਾਵਾਂ ਨੂੰ ਬੁਲਾਇਆ ਗਿਆ। ਤਰਨੀ ਕੀਨ ਇਕੱਤਰ ਬਹੁ ਆਵੈ ਇੱਕ ਜਾਈ, ਸੁਪਟਨ ਸਹਿਤ ਪਵੰਗ ਮਨ ਦੇ ਪਾਰ ਲੰਘਾਈ। ਕਵੀ ਜੀ ਲਿਖਦੇ ਨੇ ਕਿ ਬਹੁਤੀਆਂ ਸਾਰੀਆਂ ਬੇੜੀਆਂ ਇਕੱਠੀਆਂ ਕੀਤੀਆਂ ਗਈਆਂ ਨੇ, ਬੇੜੀਆਂ ਦੇ ਵਿੱਚ ਭਰ ਭਰ ਕੇ ਪੂਰ ਨੂੰ ਪਾਰ ਲੰਘਾਇਆ ਜਾ ਰਿਹਾ। ਸਤਿਗੁਰਾਂ ਦੇ ਸਾਰੇ ਯੋਧੇ ਸਮੇਤ ਆਪਣੇ ਘੋੜਿਆਂ ਦੇ ਪਾਰ ਲੰਘ ਰਹੇ। ਹੋਤ ਕੋਲਾਹਲ ਘਾਟ ਪਰ ਪਰ ਪੂਰ ਚਲਾਵੇ, ਜਾਇ ਉਤਾਰ ਪਾਰ ਤਟ ਪੁਨ ਤੂਰਨ ਲਿਆਵੇ। ਕਵੀ ਜੀ ਲਿਖਦੇ ਨੇ ਕਿ ਪਾਰ ਉਤਾਰਦੇ ਨੇ ਸਾਰੀ ਸੈਨਾ ਨੂੰ ਜਿਹੜੇ ਮਲਾਹ ਨੇ, ਜਦੋਂ ਬੇੜੀ ਪੂਰੀ ਭਰ ਜਾਂਦੀ ਹੈ, ਪੂਰ ਪੂਰਾ ਹੋ ਜਾਂਦਾ ਹੈ, ਉਸ ਵੇਲੇ ਬੇੜੀ ਨੂੰ ਤੋੜਦੇ ਨੇ। ਇਸ ਬਿਦ ਕੇਤਕ ਕਾਲ ਮੈਂ ਸਭ ਪਾਰ ਲੰਘਾਏ, ਸ੍ਰੀ ਹਰ ਗੋਬਿੰਦ ਹੇਤ ਪੁਨ ਤਰਨੀ ਸ਼ੁਭ ਲਿਆਏ। ਇਸੇ ਤਰੀਕੇ ਦੇ ਨਾਲ ਕਰਕੇ ਕਵੀ ਜੀ ਲਿਖਦੇ ਨੇ ਕਿ ਸਾਰੀ ਸੈਨਾ ਨੂੰ ਘੋੜਿਆਂ ਦੇ ਸਮੇਤ ਮਲਾਵਾਂ ਨੇ ਪਾਰ ਕੀਤਾ ਹੈ, ਫਿਰ ਸਤਿਗੁਰਾਂ ਨੂੰ ਪਾਰ ਕਰਨ ਦੇ ਵਾਸਤੇ ਇੱਕ ਮਲਾ ਬਹੁਤ ਸੁੰਦਰ ਬੇੜੀ ਨੂੰ ਲੈ ਕੇ ਆਇਆ। ਹੁਤੀ ਨਵੀਨ ਦੀਰਗਾ ਬਹੁ ਰੰਗ ਤੁਰ ਕੇ ਸ਼ਰ ਕੇ ਜੋ ਬਨਵਾਏ। ਕਵੀ ਜੀ ਲਿਖਦੇ ਨੇ ਕਿ ਉਹ ਬੇੜੀ ਬਿਲਕੁਲ ਨਵੀਂ ਸੀ ਔਰ ਇਸ ਤੋਂ ਇਲਾਵਾ ਬਹੁਤ ਵੱਡੀ ਸੀ, ਬੜੇ ਤਰ੍ਹਾਂ ਤਰ੍ਹਾਂ ਦੇ ਰੰਗ ਲਾ ਕੇ ਉਸ ਨੂੰ ਸ਼ਿੰਗਾਰਿਆ ਗਿਆ ਸੀ, ਭਾਵ ਕੇ ਬਾਦਸ਼ਾਹ ਸ਼ਾਹਜਹਾਂ ਦੇ ਅਸਵਾਰੀ ਦੇ ਵਾਸਤੇ ਵਿਸ਼ੇਸ਼ ਰੂਪ ਦੇ ਵਿੱਚ ਉਹ ਬੇੜੀ ਤਿਆਰ ਕੀਤੀ ਸੀ। ਔਰ ਪ੍ਰਸੰਨ ਗੁਰ ਕੋ ਕਰਨ ਤਟ ਪਰ ਥਿਰ ਕਾਰੀ, ਹੱਥ ਜੋਰ ਕੇਵਟ ਤਬੈ ਇਮ ਬਿਨੈ ਉਚਾਰੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪ੍ਰਸੰਨਤਾ ਦੇ ਨਾਲ ਮਲਾਹ ਨੇ ਉਸ ਬੇੜੀ ਨੂੰ ਕੰਢੇ ਤੇ ਲਾ ਕੇ ਖਿਲਾਰਿਆ ਹੈ। ਹੱਥ ਜੋੜ ਕੇ ਕੇਵਟ ਨੇ ਮਲਾਹ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਇਸ ਬੇੜੀ ਦੀ ਤੁਸੀਂ ਅਸਵਾਰੀ ਕਰੋ। ਮਹਾਰਾਜ ਸਭ ਬਾਹਨੀ ਹਮ ਪਾਰ ਲੰਘਾਈ, ਰਾਵਰ ਕੇਰ ਚੜਾਵਣੇ ਇਹ ਤਰਨੀ ਆਈ। ਮਲਾਹ ਨੇ ਆਖਿਆ ਸੱਚੇ ਪਾਤਸ਼ਾਹ ਤੁਹਾਡੀ ਸਾਰੀ ਸੈਨਾ ਨੂੰ
ਦਰਿਆ ਤੋਂ ਪਾਰ ਕਰ ਦਿੱਤਾ ਹੈ ਬੇੜੀਆਂ ਦੇ ਵਿੱਚ ਚੜਾ ਕੇ। ਹੇ ਸੱਚੇ ਪਾਤਸ਼ਾਹ, ਤੁਹਾਡੀ ਇਹ ਸਵਾਰੀ ਦੇ ਵਾਸਤੇ, ਪਾਰ ਲੰਘਾਉਣ ਦੇ ਵਾਸਤੇ ਇਹ ਬੇੜੀ ਲੈ ਕੇ ਆਇਆ ਹਾਂ, ਕਿਰਪਾ ਕਰਕੇ ਇਸ ਦੀ ਤੁਸੀਂ ਅਸਵਾਰੀ ਕਰੋ। ਦਿਨ ਸਾਰੇ ਮੈਂ ਪਾਰ ਕਰ, ਅਬ ਆਪ ਚੜੀ ਜੈ, ਸਲਤਾ ਸਤ ਦਰਵ ਦੀਰਗਾ, ਚੜ ਪਾਰ ਕਰੀ ਜੈ। ਮਲਾਹ ਕਹਿੰਦਾ, ਸੱਚੇ ਪਾਤਸ਼ਾਹ, ਸਾਰੀ ਤੁਹਾਡੀ ਸੈਨਾ ਪਾਰ ਹੋ ਗਈ ਹੈ, ਤੁਸੀਂ ਬੇੜੀ ਦੀ ਸਵਾਰੀ ਕਰੋ, ਤਾਂ ਕਿ ਬੇੜੀ ਦੀ ਸਵਾਰੀ ਕਰਕੇ ਤੁਸੀਂ ਇਸ ਸਤਲੁਜ ਦਰਿਆ ਦੇ ਪਾਣੀ ਤੋਂ ਪਾਰ ਹੋ ਸਕੋ। ਸੁਣ ਕੇ ਵਟਕੀ ਬਿਨ ਕੋ, ਉੱਠ ਚਲੇ ਕਿਰ ਪਾਲਾ, ਸੈਲ ਕਰਾਵਤ ਨੀਰ ਕੀ, ਲੈ ਚਲੇ ਬਿਸਾਲਾ। ਸੁਣ ਕੇ ਮਲਾਹ ਦੀ ਗੱਲ ਨੂੰ, ਸਤਿਗੁਰੂ ਕਿਰਪਾਲੂ ਜੀ ਨੇ ਉਸ ਬੇੜੀ ਦੀ ਸਵਾਰੀ ਕੀਤੀ ਹੈ, ਬੇੜੀ ਦੂਸਰੇ ਪਾਰ ਜਾਣ ਦੇ ਵਾਸਤੇ ਚੱਲ ਪਈ ਹੈ। ਮੰਨੋ ਕਿ ਰਾਹ ਦੇ ਵਿੱਚ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਸਤਲੁਜ ਦਰਿਆ ਦੇ ਪਾਣੀ ਦੀ ਬਹਾਰ ਨੂੰ ਦੇਖਦੇ ਜਾਂਦੇ ਨੇ। ਔਰ ਪ੍ਰਸੰਨ ਸਤਿਗੁਰ ਕਰੇ ਗਣ ਦਰਬ ਦੇਵਾਏ, ਲੀਨ ਰਜਤ ਪਣ ਪੰਚ ਸਹਿ ਕੇਵਟ ਹਰ ਖਾਏ। ਇਸੇ ਤਰੀਕੇ ਦੇ ਨਾਲ ਸਤਿਗੁਰੂ ਜੀ ਵੀ ਦਰਿਆ ਤੋਂ ਦੂਸਰੀ ਤਰਫ ਲੰਘੇ ਨੇ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਮਲਾਹ ਦੇ ਉੱਤੇ ਬੜੇ ਪ੍ਰਸੰਨ ਹੋਏ। ਜਿਹੜਾ ਸਾਰਿਆਂ ਮਲਾਵਾਂ ਦਾ ਮੁੱਖ ਮਲਾਹ ਸੀ, ਉਸ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ 500 ਰੁਪਇਆ ਦਿੱਤਾ ਪਾਰ ਕਰਨ ਦੇ ਹਿੱਤ ਦੇ ਵਾਸਤੇ। ਕਹਿਣ ਤੋਂ ਭਾਵ ਕਿ ਮਲਾਹ ਤੇ ਬਹੁਤ ਸਨ, ਬੇੜੀਆਂ ਵੀ ਬਹੁਤ ਸਨ, ਸਾਰੀਆਂ ਬੇੜੀਆਂ ਦੀ ਵਰਤੋਂ ਵੀ ਕੀਤੀ ਗਈ, ਪਰ ਜਿਹੜਾ ਸਾਰਿਆਂ ਦਾ ਮੁੱਖ ਮਲਾਹ ਸੀ ਉਹਨੂੰ ਸਾਰਿਆਂ ਨੂੰ ਦੇਣ ਦੇ ਵਾਸਤੇ ਸਤਿਗੁਰਾਂ ਨੇ 500 ਰੁਪਇਆ ਬਖਸ਼ੇ। ਉਤਰੇ ਪਾਰ ਕਰਾਰ ਪਰ, ਸਤ ਦਰਵ ਜਲ ਹੇਰੇ, ਸਕਲ ਬਾਹਣੀ ਰੁਚ ਲਥਲ ਕੀਨ ਸਜਹ ਡੇਰੇ। ਦਰਿਆ ਨੂੰ ਪਾਰ ਕਰਕੇ ਸਾਰਿਆਂ ਨੇ ਉਸ ਦਰਿਆ ਦੇ ਕਿਨਾਰੇ ਦੇ ਉੱਤੇ ਆਪਣਾ ਡੇਰਾ ਲਾਇਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੀ ਸਾਰੀ ਸੈਨਾ ਦੇ ਸਮੇਤ ਪਾਣੀ ਦੀ ਸੋਹਣੀ ਬਹਾਰ ਨੂੰ ਉਸ ਜਗ੍ਹਾ ਦੇ ਉੱਤੇ ਦੇਖ ਰਹੇ ਨੇ। ਖਾਣ ਪਾਣ ਸਤਿਗੁਰ ਕਰੇ, ਤਹ ਨਿਸਾ ਬਤਾਈ, ਭਈ ਪ੍ਰਭਾਤ ਸੋਚ ਕੋ ਮੱਜੇ ਗੋਸਾਈ। ਇਸੇ ਤਰੀਕੇ ਦੇ ਨਾਲ ਖਾ ਪੀ ਕੇ ਰਾਤ ਨੂੰ ਉਸ ਜਗ੍ਹਾ ਦੇ ਉੱਤੇ ਬਤੀਤ ਕੀਤਾ। ਅੰਮ੍ਰਿਤ ਵੇਲਾ ਜਦੋਂ ਹੀ ਹੋਇਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਰਿਆਂ ਦੇ ਸਮੇਤ ਜਾਗੇ ਨੇ, ਸਾਰਿਆਂ ਨੂੰ ਉੱਠ ਕੇ ਇਸ਼ਨਾਨ ਪਾਣੀ ਕੀਤਾ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜੱਚ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ
ਮੈਂ ਨਿਰਗੁਣ ਗੁਣ ਨਹੀਂ ਕੋਇ। ਨਾਨਕ ਦੀ ਜੈ, ਨਾਮ ਦਾਨ ਰਾਖੋ ਹੀ ਐ ਪਰੋਇ। ਜਾਹੀ ਕੁਲ ਤੇ ਪ੍ਰਗਟ ਹੋਇ, ਤਾਹੀ ਕੁਲ ਕੋ ਨਾਮ। ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰਨਾ।